गुरुवर जन बिघनन के नासक बिघनन के नासक हर गोबिंद शुभ मत पर कासक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा जी पुन पुन सीसा बंदा बार बार जगदीसा एकंकार सतगुरु ते प्रसाद सच होए वाहे गुरु जी के फते है बिघन विनाशन सोए वाहे गुरु जी के फते है बिघन विनाशन सोए दोहरा हो तो दूर कुछ लोहगढ़ आनंदपुर ते सोए टोके मोरचे निकट तें दिन प्रत गाफल होए वाहे गुरु जी का खालसा वाहे गुरु जी की फतेह ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ ਨਿਮਾਣਿਆਂ ਨਿਤਾਣਿਆਂ ਦੇ ਪਰਦੇ ਕੱਜਣ ਵਾਲੇ ਦਇਆ ਨਿਧ ਅੰਤਰਯਾਮੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ 'ਤੇ ਯੁਗ ਹੋ ਯੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਨਤਮਸਤਕ ਹੋ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ
ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਤੇ ਸਕਾਰਥਾ ਕਰਦੇ। ਸਤਿਗੁਰੂ ਜੀ ਦੀ ਤੁਰਕੀ ਬਾਣੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰ, ਕਲਗੀਧਰ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਆਪ ਜੀ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਸ੍ਰੀ ਅਨੰਦਪੁਰ ਸਾਹਿਬ ਜੀ ਦਾ ਸਭ ਤੋਂ ਵੱਡਾ ਜੰਗ ਹੋ ਰਿਹਾ, ਵੈਰੀ ਦਲ ਵੱਲੋਂ ਅਨੰਦਪੁਰ ਸਾਹਿਬ ਨੂੰ ਘੇਰਾਬੰਦੀ ਕੀਤੀ ਹੋਈ ਹੈ। ਦੁਸ਼ਮਣਾਂ ਦੇ ਦਿਲਾਂ ਵਿੱਚ ਭਰਮ ਆਇਆ, ਕਲਗੀਧਰ ਪਾਤਸ਼ਾਹ ਨੇ ਉਹ ਭਰਮ ਉਹਨਾਂ ਦਾ ਕੱਢਿਆ ਕਿ ਸਾਡੀ ਕਰਾਮਾਤ ਨਾਲ ਇਹ ਤੀਰ ਨਹੀਂ ਆਇਆ, ਇਹ ਸਾਡੀ ਵਿੱਦਿਆ ਦਾ ਅਭਿਆਸ ਹੈ। ਜਿਹੜਾ ਅਭਿਆਸ ਕਰਦਾ ਹੈ ਵਿੱਦਿਆ ਦਾ, ਉਹਦੇ ਕੋਲ ਮਹਾਰਤ ਇਹ ਗੁਣ ਆ ਜਾਂਦਾ। ਪਹਾੜੀਏ ਤੇ ਸੂਬੇਦਾਰਾਂ ਨੇ ਵੇਖਿਆ ਕਿ ਗੁਰੂ ਜੀ ਦਾ ਤੀਰ ਇੱਥੇ 250 ਤੱਕ ਮਾਰ ਕਰਕੇ ਆਇਆ। ਇਹਨਾਂ ਨੇ ਡਰਦਿਆਂ ਹੋਇਆਂ ਆਪਣੀਆਂ ਜਿਹੜੀਆਂ ਛਾਵਣੀਆਂ ਪਾਈਆਂ ਹੋਈਆਂ ਸੀ ਉਹ ਕੁਝ ਦੂਰ ਕਰ ਲਈਆਂ। ਕੋਲਿਆਂ ਵਿੱਚ ਓਟਾਂ ਵਿੱਚ ਆਪੋ ਆਪਣੇ ਡੇਰੇ ਕਰ ਲਏ। ਭੀਮ ਚੰਦ ਕਹਿੰਦਾ ਜੀ ਤੁਸੀਂ ਆਪ ਫਿਰ ਕੇ ਮੁਆਇਨਾ ਕਰਕੇ ਫੌਜ ਦੀ ਨਿਗਰਾਨੀ ਕਰੋ, ਖਾਸ ਕਰਕੇ ਜਿਹੜਾ ਲੋਹਗੜ੍ਹ ਕਿਲ੍ਹਾ ਹੈ ਉਸ ਪਾਸੇ ਧਿਆਨ ਰੱਖਿਓ। ਸ਼ਰਫ ਅਲੀ ਖਾਨ ਨਾਮ ਦਾ ਇੱਕ ਸੈਯਦ ਇੱਥੇ ਲੋਹਗੜ੍ਹ ਕਿਲ੍ਹੇ ਦੇ ਕੋਲ ਮੋਰਚਾ ਲਾ ਕੇ ਬੈਠਾ ਹੈ। ਜ਼ਬਰਦਸਤ ਖਾਨ ਨੇ ਸੂਬੇ ਲਾਹੌਰ ਨੇ ਉਹਨੂੰ ਸੁਚੇਤ ਕੀਤਾ, ਪਰ ਉਹ ਅੱਗੋਂ ਕਹਿਣ ਲੱਗਾ ਜੀ ਅਸੀਂ ਕੋਈ ਡਰਦੇ ਨਹੀਂ, ਭੈ ਭੀਤ ਨਹੀਂ, ਸਿੰਘਾਂ ਨੂੰ ਕਿਹੜਾ ਆਪਣੀਆਂ ਜਾਨਾਂ ਨਹੀਂ ਪਿਆਰੀਆਂ, ਜੇ ਆਉਣਗੇ ਸਾਡੇ 'ਤੇ ਚੜ੍ਹ ਕੇ ਤਾਂ ਅਸੀਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਾਂਗੇ। ਇਹਨਾਂ ਨੇ ਲੋਹਗੜ੍ਹ ਵਾਲੇ ਪਾਸੇ ਜਿਹੜੀ ਕਿਲ੍ਹਾਬੰਦੀ ਸੀ ਆਲੇ ਦੁਆਲਿਓਂ ਉੱਧਰੋਂ ਮੋਰਚੇ ਥੋੜ੍ਹੇ ਜਿਹੇ ਕੱਸਣੇ ਸ਼ੁਰੂ ਕੀਤੇ। ਸਿੰਘਾਂ ਨੇ ਵੇਖਿਆ ਜਿਸ ਪ੍ਰਕਾਰ ਨਾਲ ਖਾਲਸੇ ਨੇ ਇਹਨਾਂ ਦੇ ਮੋਰਚੇ ਤੋੜੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ,
ਸਾਹਿਬੇ ਕਮਾਲ ਗੁਰੂ ਕਲਗੀ ਧਰ ਦਸਮੇਸ਼ ਪਿਤਾ ਸਰਬੰਸ ਦਾਨੀ ਹੱਕ ਰਾਗੰਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋ ਤੋ ਦੂਰ ਕੁਛ ਲੋਗੜ ਆਨੰਦਪੁਰ ਤੇ ਸੋਏ। ਲੋਹਗੜ੍ਹ ਸਾਹਿਬ ਵਾਲਾ ਜਿਹੜਾ ਕਿਲ੍ਹਾ ਹੈ ਉਹ ਆਨੰਦਪੁਰ ਸਾਹਿਬ ਤੋਂ ਕੁਝ ਵਕਫੇ ਤੇ ਕੁਝ ਦੂਰੀ ਤੇ ਹੈ। ਆਨੰਦਪੁਰ ਸਾਹਿਬ ਨਗਰ ਤੋਂ ਬਾਹਰ ਬਾਹਰ ਇਹ ਕਿਲ੍ਹਾ ਪੈ ਜਾਂਦਾ ਤੋ ਕੁਝ ਦੂਰੀ ਤੇ ਹੋਣ ਕਰਕੇ ਟੁਕੇ ਮੋਰ ਚੇ ਨਿਕਟ ਤੈ ਦਿਨ ਪ੍ਰਤ ਗਾਫਲ ਹੋਏ। ਦੁਸ਼ਮਣਾਂ ਦੇ ਜਿਹੜੇ ਮੋਰਚੇ ਹਨ ਉਹ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਨੇੜੇ ਟੁੱਕ ਗਏ ਨੇ। ਉਹਨਾਂ ਵੇਖਿਆ ਕਿ ਆਨੰਦਪੁਰ ਨਗਰ ਤੋਂ ਇਹ ਬਾਰ ਬਾਰ ਕਿਲ੍ਹਾ ਇਹਨੂੰ ਘੇਰਾਬੰਦੀ ਕਰਨੀ ਸੌਖੀ ਹੈ ਤੋ ਬਾਹਰ ਵਾਲੇ ਪਾਸੇ ਹੋਣ ਕਰਕੇ ਮਲੇਛਾਂ ਨੇ ਪਹਾੜੀਆਂ ਨੇ ਤੁਰਕਾਂ ਨੇ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਚਾਰੇ ਪਾਸੇ ਮੋਰਚੇ ਨੇੜੇ ਕੀਤੇ ਹਨ ਔਰ ਬੜੀ ਗਫਲਤ ਦੀ ਨੀਂਦ ਵਿੱਚ ਜਿਵੇਂ ਆ ਕੇ ਸੌ ਗਏ ਨੇ ਵੀ ਸਾਨੂੰ ਕੀ ਪਰਵਾਹ ਹੈ, ਅਸੀਂ ਗਿਣਤੀ 'ਚ ਵੱਧ ਹਾਂ, ਲੋਹਗੜ੍ਹ ਕਿਲ੍ਹੇ 'ਚ ਕਿੰਨੇ ਕੁ ਬੰਦੇ ਹੋਣਗੇ। ਜਿਵੇਂ ਬੇਫਿਕਰੀ ਹੁੰਦੀ ਹੈ ਨਾ, ਇੱਦਾਂ ਬੇਫਿਕਰੀ ਵਿੱਚ ਚਾਰੇ ਪਾਸੇ ਮੋਰਚੇ ਕਰਕੇ ਟੁੱਕ ਗਏ। ਲਲਿਤ ਪਦ ਚੰਦ ਇੱਕ ਦਿਨ ਨਿਸਾ ਪਈ ਅੰਧਿਆਰੀ। ਇੱਕ ਦਿਨ ਰਾਤ ਦਾ ਸਮਾਂ ਸੀ ਤੇ ਬੜੀ ਹਨੇਰੀ ਰਾਤ ਹੈ, ਹਨੇਰੇ ਪੱਖ ਦੇ ਦਿਨ ਚੱਲਦੇ ਨੇ ਤੋ ਅੰਧਕਾਰ ਹੈ ਹਨੇਰੀ ਰਾਤ ਹੈ। ਸ਼ੇਰ ਸਿੰਘ ਬਚ ਪਾਖਾ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਜਥੇਦਾਰੀ ਕਰ ਰਹੇ ਸਨ ਸਿੰਘ, ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਸ਼ੇਰ ਸਿੰਘ, ਦੂਜੇ ਦਾ ਨਾਂ ਸੀ ਨਾਰ ਸਿੰਘ। ਸ਼ੇਰ ਸਿੰਘ ਜੀ ਬੋਲੇ ਕਹਿਣ ਲੱਗੇ, ਨਾਹਰ ਸਿੰਘ ਜੀ ਸਾਵਧਾਨ ਬਣ। ਕਹਿੰਦੇ ਭਾਈ ਨਾਰ ਸਿੰਘ ਜੀ ਸਾਵਧਾਨ ਬਣੀਏ, ਸਾਵਧਾਨ ਹੋਈਏ। ਸੁਣ ਮੇਰੀ ਅਭਿਲਾਖਾ, ਸਾਵਧਾਨ ਹੋ ਕੇ ਮੇਰੀ ਅਭਿਲਾਖਾ ਸੁਣੋ ਜੋ ਮੈਂ ਸੋਚਦਾ, ਜੋ ਮੇਰੇ ਦਿਲ ਵਿੱਚ ਆਉਂਦੀ ਹੈ। ਭਾਈ ਨਾਰ ਸਿੰਘ ਜੀ ਤੁਸੀਂ ਸਾਵਧਾਨ ਹੋ ਕੇ ਮੇਰੀ ਗੱਲ ਸੁਣੋ। ਸ਼੍ਰੀ ਆਨੰਦਪੁਰ ਤੇ ਕੁਛ ਅੰਤਰ, ਆਪਾਂ ਲੋਹਗੜ੍ਹ ਕਿਲ੍ਹੇ ਵਿੱਚ ਹਾਂ ਤੇ ਆਨੰਦਪੁਰ ਸਾਹਿਬ ਤੋਂ ਆਪਣਾ ਥੋੜ੍ਹਾ ਜਿਹਾ ਫਰਕ ਹੈ। ਸ਼ਹਿਰ ਤੋਂ ਨਗਰ ਤੋਂ ਬਾਰ ਬਾਰ ਇਹ ਕਿਲ੍ਹਾ ਗੁਰੂ ਪਾਤਸ਼ਾਹ ਨੇ ਬਣਵਾਇਆ ਹੈ। ਨੇੜ ਨਹੀਂ ਲੱਖ ਸੋ, ਆਨੰਦਪੁਰ ਸਾਹਿਬ ਆਪਣੇ ਤੋਂ ਕੋਈ ਜ਼ਿਆਦਾ ਨੇੜੇ ਨਹੀਂ, ਯਾਨੀ ਕਿ ਥੋੜ੍ਹੇ ਜਿਹੇ ਫਰਕ ਤੇ ਹੈ, ਆਪਾਂ ਕੁਝ ਦੂਰੀ ਤੇ ਹਾਂ। ਯਾ ਤੇ ਨਿਕਟ ਮੋਰਚੇ ਲਿਆਵਤ, ਕਰਕੇ ਜਿਹੜੇ ਤੁਰਕ ਨੇ ਉਹ ਇਹ ਸਮਝ ਕੇ ਵੀ ਲੋਹਗੜ੍ਹ ਕਿਲ੍ਹਾ ਨਗਰ ਤੋਂ ਬਾਰ ਬਾਰ ਹੈ, ਪਹਿਲਾਂ ਇਹਨੂੰ ਮਾਰੀਏ
ਦੁਸ਼ਮਣ ਜਿਹੜੇ ਨੇ ਉਹ ਆਪਣੇ ਮੋਰਚੇ ਜਿਹੜੇ ਉਹ ਲੋਹਗੜ੍ਹ ਕਿਲੇ ਦੇ ਨੇੜੇ ਕਰਕੇ ਲੈ ਕੇ ਆ ਰਹੇ ਨੇ। ਤੁਸੀਂ ਵੇਖੋ ਧਿਆਨ ਨਾਲ ਤੇ ਦਿਨ ਪ੍ਰਤੀ ਦਿਨ ਆਪਣੀ ਮੋਰਚਾਬੰਦੀ ਲੋਹਗੜ੍ਹ ਕਿਲੇ ਦੇ ਆਲੇ ਦੁਆਲੇ ਕਰ ਰਹੇ ਹਨ। ਮਨ ਵਧਾਏ ਸਭ ਕੋ, ਇਹਨਾਂ ਦੇ ਮਨ ਇਹਨਾਂ ਦੇ ਦਿਲ ਇਸ ਵੇਲੇ ਵਧੇ ਹੋਏ ਨੇ ਤੇ ਵਧੇ ਹੋਏ ਦਿਲਾਂ ਦੇ ਨਾਲ ਇਹ ਲੋਹਗੜ੍ਹ ਦੇ ਨੇੜੇ ਨੇੜੇ ਢੁੱਕ ਰਹੇ ਹਨ। ਅਗੰਮਪੁਰੇ ਅਰਹੋਲ ਗੜੀ ਮੈਂ, ਅਗੰਮਪੁਰਾ ਸਾਹਿਬ ਜਿਹਨੂੰ ਅਗੰਮਗੜ੍ਹ ਵੀ ਕਹਿੰਦੇ ਨੇ, ਔਰ ਦੂਜੇ ਪਾਸੇ ਕਿਲਾ ਹੋਲਗੜ੍ਹ ਸਾਹਿਬ, ਅਪਰ ਕੇਸਗੜ੍ਹ ਸਾਰੇ, ਔਰ ਕੇਸਗੜ੍ਹ ਸਾਹਿਬ ਜਿਹੜੇ ਇਹ ਕਿਲੇ ਹਨ, ਦੂਰ ਦੂਰ ਸਭ ਥਲ ਮੁਰਚੇ, ਉਹ ਲੋਹਗੜ੍ਹ ਤੋਂ ਥੋੜੇ ਦੂਰ ਨੇ ਤੇ ਉਹਨਾਂ ਦੇ ਨੇੜੇ ਜਿਹੜੇ ਮੋਰਚੇ ਨੇ ਤੁਰਕਾਂ ਦੇ ਉਹ ਦੂਰ ਕੀਤੇ ਹੋਏ ਨੇ ਉਹਨਾਂ ਨੇ। ਹੋਲਗੜ੍ਹ ਸਾਹਿਬ ਤੋਂ ਵੀ ਦੂਰ ਬੈਠੇ ਨੇ ਤੁਰਕ, ਕੇਸਗੜ੍ਹ ਸਾਹਿਬ ਤੋਂ ਵੀ ਦੂਰ ਕਰਕੇ ਮੋਰਚੇ ਬੈਠੇ ਨੇ, ਅਗੰਮਪੁਰਾ ਸਾਹਿਬ ਜਿਹੜਾ ਮੋਰਚਾ ਸਿੰਘਾਂ ਦਾ ਉੱਥੋਂ ਵੀ ਦੂਰ ਨੇ, ਪਰ ਲੋਹਗੜ੍ਹ ਦੇ ਨੇੜੇ ਆ ਕੇ ਬੈਠੇ ਨੇ, ਕਿਉਂਕਿ ਇਹਨਾਂ ਦੇ ਮਨ ਵਿੱਚ ਭਰਮ ਹੈ ਕਿ ਲੋਹਗੜ੍ਹ ਆਨੰਦਪੁਰ ਸਾਹਿਬ ਤੋਂ ਬਾਹਰ ਬਾਹਰ ਹੈ ਅਤੇ ਅਸੀਂ ਛੇਤੀ ਮਾਰ ਲਾਂਗੇ। ਇਹਨਾਂ ਦੇ ਦਿਲ ਵਧੇ ਹੋਏ ਨੇ ਅਤੇ ਆ ਕੇ ਲੋਹਗੜ੍ਹ ਕਿਲੇ ਦੇ ਆਲੇ ਦੁਆਲੇ ਇਹਨਾਂ ਨੇ ਮੋਰਚਾਬੰਦੀ ਨੇੜੇ ਹੋ ਕੇ ਕੀਤੀ ਹੈ। ਢੂਕੇ ਨਿਕਟੇ ਹਮਾਰੇ, ਸਾਡੇ ਨੇੜੇ ਢੁੱਕ ਕੇ ਆ ਗਏ ਨੇ। ਅਬ ਨਿਸ ਮਹਾ ਅੰਧੇਰ ਗੁਬਾਰੀ, ਭਾਈ ਨਾਰ ਸਿੰਘ ਜੀ ਮੇਰਾ ਖਿਆਲ ਇਹ ਕਹਿੰਦਾ ਵੀ ਰਾਤ ਦਾ ਹੁਣ ਸਮਾਂ ਅੰਧਿਆਰੀ ਰਾਤ ਹੈ, ਦੁਰਜਨ ਗਾਫਲ ਪਾਰੇ, ਤੇ ਜਿਹੜੇ ਆ ਬਾਹਰ ਦੁਰਜਨ ਬੈਠੇ ਨੇ ਮੋਰਚਿਆਂ ਚ ਤੇ ਗਾਫਲ ਹੋ ਕੇ ਪਏ ਨੇ, ਸ਼ਰਾਬਾਂ ਪੀ ਕੇ ਮਸਤ ਨੇ, ਬੇਫਿਕਰੀ ਵਿੱਚ ਪਏ ਹੋਏ ਨੇ, ਇਹਨਾਂ ਦੇ ਦਿਲ ਵਧੇ ਹੋਏ ਨੇ, ਇਹ ਸੋਚਦੇ ਨੇ ਵੀ ਸਾਡੇ ਤੇ ਕਿਹਨੇ ਹਮਲਾ ਕਰਨਾ, ਏਦਾਂ ਇਹ ਬੇਫਿਕਰੀ ਵਿੱਚ ਮੋਰਚਿਆਂ ਵਿੱਚ ਪਏ ਹੋਏ ਨੇ। ਧਰੇ ਭਰੋਸਾ ਸੁਪਤ ਪਰੇ ਬਹੁ, ਇਹ ਆਪਣੇ ਬਲ ਤੇ ਭਰੋਸਾ ਰੱਖ ਕੇ ਬੇਫਿਕਰੀ ਚ ਬਹੁਤੇ ਤਾਂ ਇਹਨਾਂ ਚ ਸੁੱਤੇ ਪਏ ਨੇ, ਬਹੁਤੇ ਸ਼ਰਾਬ ਦੇ ਨਸ਼ੇ ਵਿੱਚ ਵੀ ਮਸਤ ਨੇ। ਕੋ ਇੱਕ ਜਾਗਨ ਹਾਰੇ, ਵੇਖਣ ਵਿਚਾਰਿਆ ਵੀ ਕੋਈ ਕੋਈ ਜਾਗਦਾ ਮੋਰਚਿਆਂ ਚ, ਕਿਉਂਕਿ ਪਤਾ ਲੱਗ ਜਾਂਦਾ ਦੁਸ਼ਮਣ ਦੇ ਮੋਰਚੇ ਵਿੱਚ ਮਾੜੀ ਮੋਟੀ ਹਿੱਲ ਜੁੱਲ ਹੋਵੇ ਤਾਂ, ਕਹਿੰਦੇ ਵੀ ਕੋਈ ਕੋਈ ਇਹਨਾਂ ਵਿੱਚੋਂ ਜਾਗਦਾ ਦਿਸਦਾ ਮੋਰਚਿਆਂ ਚ, ਬਹੁਤੇ ਬੇਫਿਕਰੀ ਚ ਸੁੱਤੇ ਪਏ ਨੇ। ਉਪਰ ਪਰੋ ਕਿਰਪਾਨਨ ਐਂਚੋ, ਮੇਰੀ ਇਹ ਵਿਚਾਰ ਹੈ ਵੀ ਆਪਾਂ ਅੱਜ ਰਾਤ ਨੂੰ ਇਹਨਾਂ ਤੇ ਹਮਲਾ ਕਰ ਦਈਏ ਔਰ ਤਲਵਾਰਾਂ ਤੇ ਢਾਲਾਂ ਲੈ ਕੇ ਇਹਨਾਂ ਦੇ ਮੋਰਚਿਆਂ ਚ ਪਹੁੰਚ ਕੇ ਇਹਨਾਂ ਨੂੰ ਵੱਢੀਏ, ਮੋਰਚਿਆਂ ਇਹਨਾਂ ਦੇ ਮੋਰਚਿਆਂ ਚ ਜਾ ਕੇ ਇਹਨਾਂ ਨੂੰ ਕੱਟੀਏ। ਕਰੋ ਲਥੇਰ ਪਥੇਰਾ, ਔਰ ਮਾਰ ਕੇ ਲਥੇਰ ਪਥੇਰ ਕਰ ਦਈਏ ਮੋਰਚਿਆਂ ਚ, ਸਦਾ ਦੀ ਨੀਂਦੇ ਸਵਾ ਦਈਏ ਜਿਹੜੇ ਸੁੱਤੇ ਪਏ ਨੇ। ਇੱਕ ਵਾਰ ਕਰ ਕਰੋ ਕਿਨਾਰਾ, ਬਸ ਇੱਕੋ ਵਾਰ ਹੀ ਹਮਲਾ ਕਰਨਾ ਆਪਾਂ ਜ਼ੋਰ ਦਾ, ਬਹੁਤਾ ਸਮਾਂ ਨਹੀਂ ਲਾਉਣਾ, ਹਮਲਾ ਕਰਦਿਆਂ ਬਸ ਜਿਵੇਂ ਬਾਜ ਝਪਟ ਮਾਰਦਾ ਨਾ, ਏਦਾਂ ਝਪਟ ਮਾਰ ਕੇ ਫਿਰ ਆਪਾਂ ਕਿਨਾਰਾ ਕਰਕੇ ਵਾਪਸ ਆ ਜਾਣਾ। ਪਰ ਹੈ ਰੋਰ ਕਨੇਰਾ, ਤੇ ਦੁਸ਼ਮਣ ਚ ਰੌਲਾ ਪੈ ਜਾਏਗਾ ਵੀ ਸਾਡੇ ਤੇ ਹਮਲਾ ਹੋ ਗਿਆ, ਉਹਨਾਂ ਵਿੱਚ ਇੱਕਦਮ ਸ਼ੋਰ ਪਵੇਗਾ, ਭਗਦੜ ਮਚੇਗੀ, ਨਹੀਂ ਪਛਾਣ ਪਰਸ ਪਰ ਹੋਵੇ। ਹੁਣ ਜਦੋਂ ਭਗਦੜ ਹੋਵੇਗੀ ਹਨੇਰੀ ਰਾਤ ਵਿੱਚ, ਉਹਨਾਂ ਕੋਲੋਂ ਇੱਕ ਦੂਜੇ ਦੀ ਪਛਾਣ ਨਹੀਂ ਹੋਣੀ, ਬਹੁਤੇ ਤਾਂ ਸੁੱਤੇ ਪਏ ਉੱਠਣਗੇ, ਅੱਖਾਂ ਹੀ ਨਹੀਂ ਉਹਨਾਂ ਦੀਆਂ ਅੱਧੀਆਂ ਖੁੱਲਣੀਆਂ,
ਉਹ ਆਪਸ ਵਿੱਚ ਜਦੋਂ ਇੱਕ ਦੂਜੇ ਨੂੰ ਵੇਖਣਗੇ ਕਟੇ ਪਰਸ ਪਰ ਸਾਰੇ ਸਮਝਣਗੇ ਵੀ ਇਹ ਸਾਡੇ ਤੇ ਸਿੰਘ ਆ ਗਏ ਨੇ ਹਮਲਾ ਕਰਨ, ਉਹ ਆਪਸ ਵਿੱਚ ਹੀ ਇੱਕ ਦੂਜੇ ਨੂੰ ਕਟਾ ਵੱਢ ਕਰਕੇ ਮਾਰਨਗੇ ਤੇ ਆਪਾਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਣੀ ਨਾਰ ਸਿੰਘ ਜੀ, ਬਸ ਆਪਾਂ ਤੇ ਜਾ ਕੇ ਜਿਵੇਂ ਤਲਾਬ ਖੰਘਾਲੀ ਜਾ ਦੇਣੀ, ਕਹਿੰਦੇ ਬਸ ਖੰਘਾਲ ਕੇ ਹੀ ਆਉਣਾ ਉਹਨਾਂ ਨੂੰ, ਮਾੜੇ ਮੋਟੇ ਵੱਢ ਕੱਟ ਆਵਾਂਗੇ, ਬਾਕੀ ਕੰਮ ਅਗਲਾ ਉਹਨਾਂ ਨੇ ਆਪੇ ਹੀ ਕਰ ਲੈਣਾ ਇੱਕ ਦੂਜੇ ਨੂੰ ਵੱਢਣ ਕੱਟਣ ਦਾ ਹਨੇਰੇ ਵਿੱਚ। ਹੋਤ ਪ੍ਰਾਤ ਕੇ ਕਰੇ ਫਰਕ ਫਿਰ, ਔਰ ਜਦੋਂ ਕੱਲ ਦਿਨ ਚੜੇਗਾ ਤੇ ਆ ਜਿਹੜੇ ਨੇੜੇ ਆ ਕੇ ਬੈਠੇ ਨੇ ਨਾ ਆਪੇ ਪਿਛਾਂ ਨੂੰ ਜਾਣਗੇ, ਹੁਣ ਨੇੜੇ ਹੋ ਕੇ ਢੁਕੇ ਨੇ ਲੋਕ ਅੜਦੇ, ਕੱਲ ਦਿਨ ਚੜਦੇ ਆਪਣੇ ਮੋਰਚੇ ਚੁੱਕ ਕੇ ਇੱਥੋਂ ਪਿੱਛੇ ਜਾਣਗੇ, ਦੂਰ ਜਾਣਗੇ, ਨਿਕਟ ਨਾ ਆਏ ਹਮਾਰੇ, ਮੁੜ ਕੇ ਨਹੀਂ ਫਿਰ ਨੇੜੇ ਆਉਣ ਲੱਗੇ, ਕਿਲਾ ਲੋਹਗੜ੍ਹ ਦੇ ਨੇੜੇ ਨਹੀਂ ਢੁਕਣ ਲੱਗੇ। ਸੁਣ ਨਾ ਹਰ ਸਿੰਘ ਤੈ ਸਮਝਾਇਓ, ਜਦੋਂ ਭਾਈ ਸ਼ੇਰ ਸਿੰਘ ਨੇ ਆਪਣੀ ਇਹ ਵਿਚਾਰ ਦਿੱਤੀ ਤੇ ਭਾਈ ਨਾਰ ਸਿੰਘ ਜੀ ਉਹ ਅੱਗੋਂ ਬੋਲੇ ਕਹਿਣ ਲੱਗੇ ਸਮਝਾਉਂਦਿਆਂ, ਹੁਕਮ ਨਾ ਪ੍ਰਭੂ ਬਖਾਨਾ, ਕਹਿਣ ਲੱਗੇ ਸ਼ੇਰ ਸਿੰਘ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਕਲਗੀਧਰ ਜੀ ਦੀ ਆਗਿਆ ਨਹੀਂ ਲਈ ਆਪਾਂ, ਉਹਨਾਂ ਦਾ ਹੁਕਮ ਨਹੀਂ ਹੋਇਆ। ਨਿਤ ਪ੍ਰਤ ਕਹਿਤ ਨਾ ਨਿਤ ਸੋ ਬਾਰ, ਕਲਗੀਧਰ ਜੀ ਦਾ ਸਾਨੂੰ ਹੁਕਮ ਹੈ, ਉਹ ਰੋਜ਼ ਕਹਿੰਦੇ ਨੇ ਵੀ ਤੁਸੀਂ ਮੋਰਚਿਆਂ ਚੋਂ ਬਾਹਰ ਨਹੀਂ ਨਿਕਲਣਾ, ਤੁਸੀਂ ਕਿਲਿਆਂ ਚੋਂ ਬਾਹਰ ਨਹੀਂ ਨਿਕਲਣਾ, ਇਹ ਗੁਰੂ ਪਾਤਸ਼ਾਹ ਆਪਾਂ ਨੂੰ ਰੋਜ਼ ਕਹਿੰਦੇ ਹਨ। ਦੁਰਗ ਰਹੋ ਸਾਵਧਾਨਾ, ਉਹਨਾਂ ਦਾ ਹੁਕਮ ਹੈ ਵੀ ਕਿਲੇ ਵਿੱਚ ਹੀ ਸਾਵਧਾਨ ਰਹਿਣਾ, ਕਿਲੇ ਚੋਂ ਬਾਹਰ ਜਾ ਕੇ ਨਹੀਂ ਲੜਨਾ, ਇਹ ਹੁਕਮ ਗੁਰੂ ਜੀ ਸਾਨੂੰ ਰੋਜ਼ ਕਰਦੇ ਹਨ। ਅਬ ਬੂਜਨ ਕੀ ਬਿਦਨੈ ਬਨ ਹੈ, ਤੇ ਆਪਾਂ ਉਹਨਾਂ ਕੋਲੋਂ ਆਗਿਆ ਨਹੀਂ ਲਈ ਤੇ ਹੁਣ ਪੁੱਛਣ ਦਾ ਵੇਲਾ ਵੀ ਕੋਈ ਨਹੀਂ, ਰਾਤ ਦਾ ਸਮਾਂ, ਇਸ ਵੇਲੇ ਜਾ ਕੇ ਆਪਾਂ ਉਹਨਾਂ ਕੋਲੋਂ ਪੁੱਛ ਵੀ ਨਹੀਂ ਸਕਦੇ। ਕਿਰਪਾ ਸਿੰਧ ਸੁਖ ਮਾਈ, ਕਿਉਂਕਿ ਕਿਰਪਾ ਸਿੰਧ ਸਤਿਗੁਰੂ ਜੀ ਇਸ ਵੇਲੇ ਸੁਖਾਸਣਾ ਤੇ ਬਿਰਾਜਮਾਨ ਨੇ, ਉਹ ਆਰਾਮ ਕਰ ਰਹੇ ਨੇ ਤੇ ਇਸ ਵੇਲੇ ਉਹਨਾਂ ਦੇ ਕੋਲੋਂ ਜਾ ਕੇ ਪੁੱਛਣਾ ਯੋਗ ਨਹੀਂ ਹੈ। ਨਹੀਂ ਜਗਾਵਨ ਕੈਸੇ ਹੋਵੇ, ਮਹਾਰਾਜ ਜੀ ਨੂੰ ਆਰਾਮ ਕਰਦਿਆਂ ਨੂੰ ਕਿਵੇਂ ਬੇਆਰਾਮ ਕਰੀਏ, ਜਾ ਕੇ ਉਠਾਈਏ, ਉਠਾਉਣਾ ਯੋਗ ਨਹੀਂ ਹੈ। ਗੁਰਦੇਵ ਨੇ, ਉਹ ਆਰਾਮ ਵਿੱਚ ਨੇ, ਉਹਨਾਂ ਨੂੰ ਜਾ ਕੇ ਅਸੀਂ ਬੇਆਰਾਮ ਨਹੀਂ ਕਰ ਸਕਦੇ। ਕੋ ਤੋ ਕਹੇ ਤੋ ਪਾਈ, ਤੇ ਹੁਣ ਹੋਰ ਕੀ ਉਪਾਅ ਕਰੀਏ ਤੇ ਕੌਣ ਸਾਨੂੰ ਕਹੇ, ਕੌਣ ਆਗਿਆ ਦੇਵੇ। ਸ਼ੇਰ ਸਿੰਘ ਪੁਨ ਕਹਿਓ ਲਖੋ ਇਮ ਰਾਜਨੀਤੀ ਕੀ ਬਾਤੀ, ਜਦੋਂ ਨਾਰ ਸਿੰਘ ਨੇ ਗੱਲਾਂ ਕਹੀਆਂ ਤੇ ਭਾਈ ਸ਼ੇਰ ਸਿੰਘ ਜੀ ਅੱਗੋਂ ਬੋਲੇ, ਕਹਿਣ ਲੱਗੇ ਨਾਰ ਸਿੰਘ ਆ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਇਹ ਰਾਜਨੀਤੀ ਦੀ ਬਾਤ ਹੈ, ਨੀਤੀ ਜਿਹੜੀ ਆ ਉਹ ਇਹੀ ਕਹਿੰਦੀ ਆ ਵੀ ਵਕਤ ਵਿਚਾਰਨਾ ਚਾਹੀਦਾ, ਇਸ ਵੇਲੇ ਪੱਲਾ ਆਪਣੇ ਹੱਥ ਵਿੱਚ ਹੈ ਤੇ ਆਪਾਂ ਨੂੰ ਚੁੱਕਣਾ ਨਹੀਂ ਚਾਹੀਦਾ। ਨੀਤੀ ਕਹਿੰਦੀ ਹੈ ਕਿ ਜਿਸ ਵੇਲੇ ਦੁਸ਼ਮਣ ਕਮਜ਼ੋਰ ਪੈਂਦਾ ਉਹਦੇ 'ਤੇ ਹਮਲਾ ਕਰਨਾ, ਇਸ ਵੇਲੇ ਦੁਸ਼ਮਣ ਕਮਜ਼ੋਰ ਹੈ ਤੇ ਆਪਾਂ ਉਹਦੇ ਤੇ ਹਮਲਾ ਕਰੀਏ, ਇਹੀ ਨੀਤੀ ਹੈ। ਸਮਾਂ ਪਾਏ ਰਿਪ ਤੇ ਨਾ ਚੂਕੇ, ਨੀਤੀ ਇਹ ਵੀ ਕਹਿੰਦੀ ਹੈ ਵੀ ਜਦੋਂ ਸਮਾਂ ਮਿਲੇ ਦੁਸ਼ਮਣ ਨੂੰ ਮਾਰਨ ਦਾ ਤੇ ਫਿਰ ਚੁੱਕੇ ਨਾ, ਉਸ ਸਮੇਂ ਨੂੰ ਲੰਘਣ ਨਾ ਦੇਵੇ ਜਦੋਂ ਦੁਸ਼ਮਣ ਕਾਬੂ ਆਇਆ ਹੋਵੇ। ਕਿਮ ਨਿਸ਼ਚੈ ਕਰੇ ਸੋ ਕਾਤੀ, ਔਰ ਨਿਸ਼ਚੈ ਕਰਕੇ ਉਸ ਦੁਸ਼ਮਣ ਦਾ ਘਾਤ ਕਰਨਾ ਚਾਹੀਦਾ, ਇਹੀ ਨੀਤੀ ਆਖਦੀ ਹੈ। ਤੁਰਕਨ ਕੋ ਮਾਰਨ ਮਤ ਗੁਰ ਕੋ ਇਹੋ,
ਗੁਰੂ ਪਾਤਸ਼ਾਹ ਦਾ ਵੀ ਸਾਨੂੰ ਹੁਕਮ ਹੈ ਕਿ ਇਹਨਾਂ ਮਲੇਛਾਂ ਨੂੰ ਝੂਠੇ ਕਰ ਕਰਕੇ ਮਾਰਨਾ। ਇਹ ਵਿਦ ਤਿੰਨ ਅਨੁਸਾਰ, ਇਹ ਤਾਂ ਗੁਰੂ ਸਾਹਿਬ ਦਾ ਹੀ ਹੁਕਮ ਹੈ ਵੀ ਮਲੇਛਾਂ ਨੂੰ ਮਾਰਨਾ। ਉਹਨਾਂ ਨੇ ਹੁਕਮ ਆਪਾਂ ਨੂੰ ਪਹਿਲਾਂ ਹੀ ਕੀਤਾ ਹੋਇਆ, ਹੁਣ ਦੁਬਾਰਾ ਹੁਕਮ ਆਪਾਂ ਕਾਹਨੂੰ ਲੈਣਾ? ਦੁਬਾਰਾ ਤਾਂ ਆ ਗਿਆ ਤਾਂ ਮੰਗੀਏ ਨਾ ਵੀ ਜੇ ਉਹਨਾਂ ਨੇ ਸਾਨੂੰ ਰੋਕਿਆ ਹੋਵੇ ਵੀ ਮਲੇਛਾਂ ਨੂੰ ਨਹੀਂ ਮਾਰਨਾ। ਉਹਨਾਂ ਪਹਿਲਾਂ ਹੀ ਆਖਿਆ ਵੀ ਆਹ ਜਿਹੜੇ ਮਲੇਛ ਨੇ ਇਹਨਾਂ ਨੂੰ ਮਾਰਨਾ, ਇਹ ਤਾਂ ਆਪਾਂ ਸਗੋਂ ਰਾਤ ਨੂੰ ਜਿਹੜਾ ਹਮਲਾ ਕਰਕੇ ਉਹਨਾਂ ਨੂੰ ਮਾਰਨਾ, ਇਹ ਤਾਂ ਗੁਰੂ ਦੇ ਹੁਕਮ ਦੀ ਪਾਲਣਾ ਹੀ ਕਰਨੀ ਹੈ ਆਪਾਂ। ਇਹਦੇ ਵਿੱਚ ਹੁਕਮ ਅਦੂਲੀ ਤਾਂ ਕੋਈ ਨਹੀਂ। ਪ੍ਰਭ ਬੂਜਨ ਕੀ ਅਬਨੇ ਆਚੀ, ਕਿਉਂਕਿ ਇਸ ਵੇਲੇ ਜਾ ਕੇ ਹੁਣ ਸਤਿਗੁਰੂ ਜੀ ਨੂੰ ਪੁੱਛਣਾ ਇਹ ਯੋਗ ਨਹੀਂ। ਸੁਣੈ ਸਕਲ ਸਕਾਰੇ, ਕੱਲ ਸਵੇਰ ਹੋਵੇਗੀ ਦਿਨ ਚੜੇਗਾ ਆਪੇ ਪਤਾ ਲੱਗ ਜਾਏਗਾ। ਅਬ ਮੈਂ ਪਲੀ ਭਾਂਤ ਰਿਪ ਜੋਏ, ਹੁਣ ਮੈਂ ਚੰਗੀ ਤਰ੍ਹਾਂ ਮੁਆਇਨਾ ਕਰਕੇ ਆਇਆ, ਦੁਸ਼ਮਣਾਂ ਦੀ ਪੂਰੀ ਮੈਂ ਨਿਗਰਾਨੀ ਕੀਤੀ ਹੈ। ਮੈਂ ਜਾਣਦਾ ਵੀ ਮੋਰਚਿਆਂ ਵਿੱਚ ਇਸ ਵੇਲੇ ਦੁਸ਼ਮਣ ਦੀ ਕੀ ਹਾਲਤ ਹੈ। ਖਬਰੇ ਦੁਬਾਰਾ ਇੱਦਾਂ ਦਾ ਮੌਕਾ ਮਿਲੇ ਕਿ ਨਾ ਮਿਲੇ, ਅੱਜ ਮੌਕਾ ਮਿਲਿਆ ਹੋਇਆ। ਪਰ ਸੁਪਤ ਇੱਕ ਸਾਰਾ, ਦੁਸ਼ਮਣ ਇਸ ਵੇਲੇ ਬੇਫਿਕਰ ਹੋ ਕੇ ਮੋਰਚਿਆਂ ਚ ਸੁੱਤਾ ਪਿਆ। ਬੌਰ ਘਾਤ ਹੱਥ ਨਾ ਆਵੇ, ਇੱਦਾਂ ਦਾ ਮੌਕਾ ਨਾਰ ਸਿੰਘ ਜੀ ਆਪਾਂ ਨੂੰ ਦੁਬਾਰਾ ਹੱਥ ਨਹੀਂ ਆਉਣਾ, ਇੱਦਾਂ ਦਾ ਮੌਕਾ ਦੁਬਾਰਾ ਆਪਣੇ ਹੱਥ ਨਹੀਂ ਲੱਗਣਾ। ਕਰੋ ਸੰਘਾਰ ਸਥਾਰਾ, ਇਸ ਕਰਕੇ ਮੇਰੀ ਮੰਨੋ ਤੇ ਆਪਾਂ ਹਮਲਾ ਕਰੀਏ ਤੇ ਜਾ ਕੇ ਹੁਣੇ ਹੀ ਮਾਰ ਕੇ ਸੱਥਰ ਵਿਛਾ ਦਈਏ ਇਹਨਾਂ ਦੇ, ਹੁਣੇ ਹੀ ਲਾਸ਼ਾਂ ਇਹਨਾਂ ਦੀਆਂ ਖੜਾ ਦਈਏ। ਗਾਫਲ ਪਰੇ ਤਰਾਸ ਬਿਨ ਹੋਏ ਕੈ, ਗਫਲਤ ਵਿੱਚ ਆ ਕੇ ਪਏ ਹੋਏ ਨੇ ਬਿਨਾਂ ਡਰ ਤੋਂ, ਸਾਡੇ ਤੋਂ ਵੀ ਗਾਫਲ ਹੋਏ ਫਿਰਦੇ ਨੇ, ਡਰ ਕੋਈ ਨੀ ਇਹਨਾਂ ਨੂੰ ਖਾਲਸੇ ਦਾ। ਆਚੀ ਬਿਦਲੇ ਮਾਰੇ, ਹੁਣ ਚੰਗੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਾਰ ਸਕਦੇ ਆ ਘੇਰਾ ਘੇਰ ਕੇ। ਸਨੇ ਸਨੇ ਸਭ ਸਿੰਘ ਜਗਾਏ, ਏਦਾਂ ਕਹਿ ਕੇ ਨਾਰ ਸਿੰਘ ਨੇ ਵੀ ਅੱਗੋਂ ਹਾਮੀ ਭਰ ਦਿੱਤੀ ਵੀ ਇਹ ਵੀ ਤਾਂ ਗੁਰੂ ਸਾਹਿਬ ਦਾ ਹੀ ਹੁਕਮ ਹੈ ਇਹਨਾਂ ਨੂੰ ਮਾਰਨਾ। ਤਾਂ ਉਸ ਵਕਤ ਸਹਿਜੇ ਸਹਿਜੇ ਜਿਹੜੇ ਸਿੰਘ ਆਰਾਮ ਕਰਦੇ ਸੀ ਉਹਨਾਂ ਸਿੰਘਾਂ ਨੂੰ ਵੀ ਉਠਾਇਆ। ਸੋਚ ਇਸ਼ਨਾਨ ਠਾਨ ਕਰ ਸਗਰੇ, ਰਾਤ ਦਾ ਹੀ ਸਮਾਂ ਸੀ, ਸਿੰਘਾਂ ਨੇ ਆਖਿਆ ਇਸ਼ਨਾਨ ਪਾਨ ਕਰ ਲਈਏ ਤਗੜੇ ਹੋ ਜਾਂਗੇ, ਸੁਸਤੀ ਜਿਹੜੀ ਹੈ ਆਰਾਮ ਕਰਕੇ ਉਹ ਸੁਸਤੀ ਜੀ ਲੱਥ ਜਾਏਗੀ। ਤੋ ਉਸ ਵੇਲੇ ਸਿੰਘਾਂ ਨੇ ਇਸ਼ਨਾਨ ਪਾਨ ਕੀਤੇ, ਖੜਗ ਸਿਪਰ ਤਰ ਲੀਨੋ, ਗਾਤਰੇ ਤਲਵਾਰਾਂ ਤੇ ਢਾਲਾਂ ਲੈ ਲਈਆਂ, ਜਾਮ ਨਿਸਾ ਤੇ ਤਿਆਰੀ ਠਾਨਤ, ਇੱਕ ਪੈਰ ਰਾਤ ਰਹਿੰਦਿਆਂ ਇਹਨਾਂ ਨੇ ਤਿਆਰੀ ਕੀ ਕੀਤੀ ਹੈ, ਇਸ਼ਨਾਨ ਪਾਨ ਕੀਤੇ ਹਨ, ਅਪਰ ਦੋ ਘੜੀ ਬਿਤਾਈ, ਇੱਕ ਪੈਰ ਤੇ ਫਿਰ ਰਾਤ ਦੀਆਂ ਦੋ ਘੜੀਆਂ, ਇੱਕ ਪੈਰ ਤੇ ਦੋ ਘੜੀਆਂ ਦਾ ਸਮਾਂ ਹੋਰ ਬੀਤਿਆ। ਖਟ ਖਟਕਾ ਜਬ ਰਹੀ ਰਾਤ ਲੱਖ, ਛੇਕ ਘੜੀਆਂ ਰਾਤ ਪਿੱਛੇ ਰਹਿ ਗਈ, ਸਿੰਘ ਤਿਆਰ ਸਮੁਦਾਈ, ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ, ਸਭ ਕੋ ਸਮਝਾਵਨ ਕਰ ਨੀਕੇ, ਸਾਰੇ ਸਿੰਘਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਇੱਕ ਇੱਕ ਖੜਗ ਪ੍ਰਹਾਰੇ, ਕਹਿੰਦੇ ਵੀ ਬਹੁਤੇ ਵਾਰ ਨੀ ਕਰਨੇ, ਬਸ ਜਾ ਕੇ ਪੰਜ ਚਾਰ ਤਲਵਾਰਾਂ ਹੀ ਮਾਰਨੀਆਂ ਨੇ, ਇੱਕ ਇੱਕ ਦੋ ਦੋ ਤਲਵਾਰਾਂ ਦੇ ਵਾਰ ਕਰਨੇ ਨੇ ਮੋਰਚਿਆਂ ਚ, ਬੌਰ ਸ਼ਤਰੂ ਕੇ ਬੀਚ ਨਾ ਰਹੀਏ, ਬਸ ਇੱਕ ਵਾਰੀ ਮਾਰ ਕੇ ਉੱਥੋਂ ਨਿਕਲ ਜਾਣਾ ਹੈ, ਮੁੜ ਕੇ ਦੁਸ਼ਮਣ ਦੇ ਵਿੱਚ ਨਹੀਂ ਰਹਿਣਾ। ਹੂਜੇ ਤੁਰਤ ਕਿਨਾਰੇ, ਔਰ ਤੁਰਕਾਂ ਤੋਂ ਪਾਸੇ ਹੋ ਕੇ ਕਿਨਾਰੇ ਹੋ ਜਾਣਾ। ਔਰ ਲੋ ਗੜ ਕੋ ਤਬ ਖੋਲਿਓ, ਜਦੋਂ ਏਦਾਂ ਗੁਰਮਤਾ ਕੀਤਾ ਸਿੰਘਾਂ ਨੇ, ਲੋਹਗੜ੍ਹ ਸਾਹਿਬ ਜੀ ਦਾ ਕਿਲਾ
ਉਹਦਾ ਦਰਵਾਜ਼ਾ ਜਿਹੜਾ ਹੈ ਉਹ ਖੋਲਿਆ। ਨਿਕਸੇ ਸਿੰਘ ਜੁਝਾਰੇ, ਜੁਝਾਰੂ ਸਿੰਘ ਯੋਧੇ ਸਿੰਘ ਉਸੇ ਵੇਲੇ ਕਿਲੇ ਲੋਹਗੜ੍ਹ ਵਿੱਚੋਂ ਬਾਹਰ ਨਿਕਲੇ। ਖੜਗ ਸਿਪਰ ਦੁਆ ਕਰ ਮਹਿਲੀ ਨੇ, ਬਸ ਤਲਵਾਰ ਤੇ ਢਾਲ ਹੀ ਲਈ ਸਿੰਘਾਂ ਨੇ, ਬੰਦੂਕ ਨਹੀਂ ਲਈ, ਕਮਾਨ ਨਹੀਂ ਲਈ, ਛੋਟੇ ਮੋਟੇ ਜਿਹੜੇ ਸ਼ਸਤਰ ਕਮਰ ਕੱਸੇ ਚ ਤਾਂ ਹੋਣਗੇ, ਤਮੰਚੇ ਵਗੈਰਾ, ਬਸ ਹੱਥ ਵਿੱਚ ਢਾਲ ਤੇ ਤਲਵਾਰ ਲੈ ਕੇ ਗਏ ਨੇ ਗੁਰੂ ਕੇ ਸਿੰਘ। ਅਛਿੰਨ ਅਛਿੰਨ ਪਗ ਤਾਰੇ, ਅਛਿੰਨ ਦਾ ਮਤਲਬ ਵੀ ਦੱਬੇ ਦੱਬੇ ਪੈਰੀ ਜਾਂਦੇ ਨੇ, ਵੀ ਦੁਸ਼ਮਣ ਨੂੰ ਪਤਾ ਨਾ ਲੱਗੇ, ਸਹਿਜੇ ਸਹਿਜੇ ਪੈਰ ਧਰਦੇ ਜਾਂਦੇ ਨੇ, ਦੱਬੇ ਪੈਰੀ ਜਾਂਦੇ ਹਨ। ਮੌਨ ਤਰੇ ਕੁਛ ਕਰੇ ਸ਼ਬਦ ਨੇ, ਚੁੱਪ ਚਾਪ ਜਾ ਰਹੇ ਨੇ, ਮੂੰਹੋਂ ਕੁਝ ਬੋਲਦੇ ਨਹੀਂ, ਬਸ ਹੱਥਾਂ ਨਾਲ ਹੀ ਇਸ਼ਾਰਾ ਕਰਦੇ ਹਨ ਇੱਕ ਦੂਜੇ ਨੂੰ। ਉਚਿਤ ਪਰੇ ਸੁਜਾਈ, ਅਚਾਨਕ ਦੁਸ਼ਮਣਾਂ ਦੇ ਮੋਰਚਿਆਂ ਤੇ ਜਾ ਕੇ ਸਿੰਘਾਂ ਨੇ ਹੱਲਾ ਬੋਲ ਦਿੱਤਾ। ਮੁੰਡੀਆਂ ਨਗਨ ਤੁਰਤ ਕੱਟ ਡਾਰੇ, ਨੰਗੇ ਸਿਰ ਬੈਠੇ ਟੋਪ ਲਾਏ ਹੋਏ ਤੁਰਕਾਂ ਦੇ ਦਵਾਣਿਆਂ ਜਾਂ ਵਰਗੇ ਸਿਰ ਨਿਕਲੇ ਹੋਏ ਵੱਡ ਵੱਡ ਕੇ ਸਿੰਘਾਂ ਨੇ ਜ਼ਮੀਨ ਤੇ ਸੁੱਟ ਦਿੱਤੇ। ਸਭਨ ਕਿਰਪਾਨ ਚਲਾਈ, ਕਹਿੰਦੇ ਸਾਰੇ ਸਿੰਘਾਂ ਨੇ ਇੱਕੋ ਵੇਰੀ ਤਲਵਾਰ ਚਲਾਈ, ਵੱਡ ਵੱਡ ਮੁੰਡੀਆਂ ਪਠਾਣਾ ਗਿਲਜਿਆਂ ਸੈਯਦਾਂ ਸੇਖਾਂ ਦੀਆਂ ਜ਼ਮੀਨ ਤੇ ਸੁੱਟ ਦਿੱਤੀਆਂ। ਮਾਰ ਮਾਰ ਕਰ ਰੋਰ ਮਚਾਇਓ, ਹੁਣ ਸਿੰਘਾਂ ਨੇ ਅਕਾਲ ਹੀ ਅਕਾਲ ਦੇ ਜਕਾਰੇ ਗਜਾਏ, ਮਾਰ ਲੋ ਦੀ ਆਵਾਜ਼ ਉਚਾਰਨ ਕੀਤੀ। ਉਦਤ ਸਿੰਘ ਜੁਝਾਰੇ, ਸਿੰਘ ਕੁੱਦ ਕੁੱਦ ਕੇ ਪੈਂਦੇ ਜੁਝਾਰੂ ਯੋਧੇ, ਨੀਂਦ ਮਾਏ ਤੇ ਪਲਕ ਨਾ ਖੁੱਲਤੀ, ਉਧਰੋਂ ਬਹੁਤੇ ਤੁਰਕ ਤਾਂ ਨੀਂਦ ਚ ਸੁੱਤੇ ਪਏ, ਉਹਨਾਂ ਦੀਆਂ ਅੱਖਾਂ ਵੀ ਨਹੀਂ ਸੀ ਖੁੱਲ ਰਹੀਆਂ। ਮਾਰ ਖੜਗ ਕੱਟ ਡਾਰੇ, ਤਾਂ ਬਹੁਤਿਆਂ ਨੂੰ ਕੱਟ ਕੇ ਸਿੰਘਾਂ ਨੇ ਤਲਵਾਰ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਆਦੀ ਘੜੀ ਕਿਰਪਾਨ ਬਈ ਬਹੁ, ਤਾਂ ਤਕਰੀਬਨ ਅੱਧੀ ਘੜੀ ਤਲਵਾਰ ਚੱਲੀ। ਅੱਧੀ ਘੜੀ ਕਿੰਨੀ ਕੁ ਹੁੰਦੀ ਆ, 12 ਕੁ ਮਿੰਟ ਹੀ ਤਲਵਾਰ ਚਲਾਈ ਸਿੰਘਾਂ ਨੇ। ਰੁੰਡ ਮੁੰਡ ਗਨ ਹੋਏ, ਉਸ 12 ਕੁ ਮਿੰਟਾਂ ਵਿੱਚ ਤਕਰੀਬਨ ਬਹੁਤਿਆਂ ਦੀਆਂ ਮੁੰਡੀਆਂ ਲਾ ਕੇ ਸਿੰਘਾਂ ਨੇ ਜ਼ਮੀਨ ਤੇ ਸੁੱਟ ਦਿੱਤੀਆਂ। ਸ਼ਸਤਰ ਸੰਭਾਰ ਨਾ ਕਿਸ ਕੀ ਹੋਈ, ਅੱਗੇ ਤੁਰਕਾਂ ਕੋਲੋਂ ਆਪਣੇ ਸ਼ਸਤਰ ਵੀ ਨਹੀਂ ਸੰਭਾਲੇ, ਆਏ ਲੜਨ ਨੇ ਮੋਰਚਿਆਂ ਚ ਬੈਠੇ ਤੇ ਸ਼ਰਾਬਾਂ ਪੀ ਕੇ ਮਸਤ, ਤੇ ਤਲਵਾਰਾਂ ਕਿਤੇ ਤੇ ਢਾਲਾਂ ਕਿਤੇ ਇਹਨਾਂ ਦੀਆਂ, ਇਹੋ ਜਿਹੇ ਤਾਂ ਯੋਧੇ ਸੀਏ। ਤੋ ਸਿੰਘਾਂ ਨੇ ਇਹੋ ਜਿਹੀ ਮਾਰ ਮਾਰੀ ਵੀ ਇਹਨਾਂ ਕੋਲੋਂ ਆਪਣੇ ਹਥਿਆਰ ਵੀ ਸੰਭਾਲ ਨਹੀਂ ਹੋਏ। ਕੱਟ ਕੱਟ ਧਰ ਪਰ ਸੋਏ, ਔਰ ਕਹਿੰਦੇ ਕੱਟ ਕੱਟ ਕੇ ਜ਼ਮੀਨ ਤੇ ਇਹੋ ਜਿਹੇ ਪਾਏ ਵੀ ਮਾਨੋ ਸਦਾ ਦੀ ਨੀਂਦੇ ਸੌ ਗਏ। ਕਿਸ ਕੋ ਮੁੰਡ ਤੁੰਡ ਕੈ ਕਾਟਿਓ, ਕਿਸੇ ਦੀ ਮੁੰਡੀ ਕੱਟ ਦਿੱਤੀ, ਕਿਸੇ ਦਾ ਮੂੰਹ ਜਿਹੜਾ ਵਿੱਚੋਂ ਪਾੜ ਕੇ ਰੱਖ ਦਿੱਤਾ। ਕਿਸ ਕੀ ਗਰੀਵਾ ਨਿਆਰੀ, ਕਿਸੇ ਦੀ ਗਰਦਨ ਕੱਟ ਕੇ ਵੱਖਰੀ ਕਰ ਦਿੱਤੀ ਹੈ। ਕੈਸੇ ਕੰਧ ਕੁਝ ਹੱਥ ਕੱਟੇ ਹੋ, ਕਿਸੇ ਦਾ ਹੱਥ ਕੱਟਿਆ ਗਿਆ, ਕਿਸੇ ਦੀ ਬਾਂਹ ਤੇ ਕਿਸੇ ਦਾ ਮੋਢਾ ਕੱਟਿਆ ਗਿਆ। ਕੱਟ ਕਿਸ ਕੇ ਪੇਟ ਪਿਛਾਰੀ, ਕਿਸੇ ਦਾ ਢਿੱਡ ਪਾੜ ਗਿਆ ਤੇ ਆਂਦਰਾਂ ਬਾਹਰ ਨਿਕਲ ਗਈਆਂ, ਕਿਸੇ ਦੀ ਪਿਛਲੇ ਪਾਸਿਓਂ ਲੱਕ ਕੱਟੀ ਗਈ, ਪੱਠੇ ਵੱਢੇ ਗਏ। ਜੰਗ ਕੱਟੀ ਜਾਨੂ ਕੀ ਕਾਟੇ, ਕਿਸੇ ਦੀਆਂ ਲੱਤਾਂ ਕੱਟੀਆਂ ਗਈਆਂ, ਕਿਸੇ ਦੇ ਪੱਟ ਕੱਟੇ ਗਏ। ਕਿਸ ਕੇ ਚਰਨ ਬਿਦਾਰੇ, ਕਈਆਂ ਦੇ ਪੈਰ ਹੀ ਗਿੱਟੇ ਦੇ ਕੋਲੋਂ ਵੱਢੇ ਗਏ। ਲੋਚਨ ਕਰਨ ਕੱਟੇ ਬਿਲ ਲਾਵਤ, ਕਿਸੇ ਦੇ ਹੱਥ ਕੱਟੇ ਗਏ, ਉਂਗਲੀਆਂ ਕੱਟੀਆਂ ਗਈਆਂ,
ਕਈਆਂ ਦੇ ਕੰਨ ਵੱਢੇ ਗਏ, ਕਈਆਂ ਦੀਆਂ ਨੱਕਾਂ ਕੱਟੀਆਂ ਗਈਆਂ। ਇੱਕ ਵਾਰੀ ਇਮ ਮਾਰੇ, ਇੱਕੋ ਵਾਰੀ ਇਹੋ ਜੀ ਮਾਰ ਮਾਰੀ ਆ ਸਿੰਘਾਂ ਨੇ, ਖਾਲਸੇ ਨੇ। ਪਇਓ ਸਥਾਰ ਖੇਤ ਮੈਂ ਤੁਰਕ, ਰਣ ਭੂਮੀ ਚ ਤੁਰਕਾਂ ਦੇ ਸੱਥਰ ਵਿਛਾ ਕੇ ਰੱਖ ਦਿੱਤੇ। ਜਿਮ ਕਾਸ਼ਟ ਕੱਟ ਡਾਰੇ, ਮੈਂ ਲੱਕੜਾਂ ਦੇ ਢੇਰ ਨੀ ਵੱਢ ਵੱਢ ਲਾਈ ਦੇ, ਏਦਾਂ ਡਕਰੇ ਕਰ ਕਰ ਤੁਰਕਾਂ ਨੂੰ ਜੰਗ ਦੇ ਮੈਦਾਨ ਚ ਸੁੱਟ ਦਿੱਤਾ ਖਾਲਸੇ ਨੇ ਅੱਧੀ ਘੜੀ ਵਿੱਚ ਹੀ। ਨਿਸਾ ਅੰਧੇਰ ਸ਼ੋਰ ਵੱਡ ਮਾਚਾ, ਅੰਧਕਾਰ ਸੀ ਹਨੇਰੀ ਰਾਤ ਸੀ, ਇਸ ਕਰਕੇ ਬਹੁਤਾ ਸ਼ੋਰ ਮਚ ਰਿਹਾ। ਦਿਖਤ ਨਾ ਹੱਥ ਪਸਾਰੇ, ਆਪਣਾ ਪਸਾਰਿਆ ਹੱਥ ਵੀ ਨਜ਼ਰ ਨੀ ਆਉਂਦਾ, ਇੰਨਾ ਹਨੇਰਾ। ਨਿਕਟ ਕੇ ਦੂਰ ਹੁੱਤੇ ਗਨ ਡੇਰੇ, ਨੇੜੇ ਨੇੜੇ ਦੂਰ ਜਿੰਨੇ ਡੇਰੇ ਸੀ ਤੁਰਕਾਂ ਦੇ, ਸਨਦ ਬਾਦੋ ਧਾਏ, ਸਾਰੇ ਸੰਦ ਵੱਧ ਹੋ ਕੇ ਦੌੜੇ ਆਏ। ਸਿੰਘ ਕਿਨਾਰਾ ਕਰ ਤਤ ਛਿਨ ਮੈਂ, ਉਹ ਇਧਰੋਂ ਸਿੰਘਾਂ ਨੇ ਵੇਖਿਆ ਵੀ ਉਧਰੋਂ ਦੁਸ਼ਮਣ ਵੀ ਆਉਣ ਲੱਗਾ ਸੰਦ ਵੱਧ ਹੋ ਕੇ, ਤੋ ਸਿੰਘਾਂ ਨੇ ਉਸੇ ਵੇਲੇ ਹੱਲਾ ਕੀਤਾ, ਅੱਧੀ ਕੁ ਘੜੀ ਵਿੱਚ ਹੀ ਮਾਰ ਕੇ ਵਾਪਸ ਕਿਨਾਰਾ ਕਰਕੇ ਲੋਹਗੜ੍ਹ ਸਾਹਿਬ ਨੂੰ ਮੁੜੇ। ਦੁਰਗ ਵਿਖੇ ਸਾਵੇ ਆਏ, ਜਿੰਨੇ ਸਿੰਘ ਸਨ ਸਾਰੇ ਲੋਹਗੜ੍ਹ ਕਿਲੇ ਦੇ ਵਿੱਚ ਆ ਗਏ। ਚਲਨ ਲੱਗੀ ਗਨ ਤੁਪਕ ਮਿਲੇ, ਹੁਣ ਜਦੋਂ ਕਹਿੰਦੇ ਕੋਈ ਨੇੜੇ ਢੁਕਦਾ ਤੇ ਬੰਦੂਕ ਦੀਆਂ ਗੋਲੀਆਂ ਦਗਣ ਲੱਗੀਆਂ ਕਿਲੇ ਵਿੱਚੋਂ ਹੀ। ਪੁਨ ਕਛੂ ਪਛਾਣ ਨਾ ਹੋਈ, ਹੁਣ ਕੋਈ ਪਛਾਣ ਨੀ ਪੀ ਹੁੰਦੀ ਤੁਰਕਾਂ ਨੂੰ ਵੀ ਸਿੰਘ ਕਿਹੜੇ ਨੇ ਸਾਡੇ ਕੋਲ। ਆਪਸ ਵਿਖੇ ਕੱਟਣ ਸਭ ਲਾਗੇ, ਹੁਣ ਆਪਸ ਵਿੱਚ ਹੀ ਕੱਟਣ ਲੱਗੇ ਜਿਹੜੇ ਉਹ ਪਿੱਛੋਂ ਆਏ ਸੀ ਨਾ, ਉਹਨਾਂ ਨੇ ਇਹ ਸੋਚਣ ਲੱਗੇ ਵੀ ਇਹ ਵੀ ਸ਼ਾਇਦ ਸਿੰਘ ਹੀ ਆ ਗਏ ਨੇ। ਆਪਸ ਵਿੱਚ ਹੀ ਮਾਰ ਮਾਰ ਗੋਲੀਆਂ ਤਲਵਾਰਾਂ ਨੇਜੇ ਬਰਛੇ ਇੱਕ ਦੂਜੇ ਨੂੰ ਹੀ ਵੱਢਣ ਕੱਟਣ ਲੱਗੇ। ਸੂਝ ਬੂਝ ਨੇ ਕੋਈ, ਸੁੱਧ ਬੋਧੀ ਭੁੱਲ ਗਈ ਇਹਨਾਂ ਨੂੰ, ਸੋਝੀ ਨਹੀਂ ਰਹੀ, ਏਦਾਂ ਬੇਸੁੱਧ ਜੇ ਹੋਈ ਮਾਰੀ ਜਾਂਦੇ ਨੇ ਇੱਕ ਦੂਜੇ ਨੂੰ। ਗੁਲਕਾਂ ਸੰਗ ਮਰੇ ਤਬ ਅਨਗਨ, ਅਣਗਿਣਤ ਹੀ ਸੂਰਮੇ ਇਹਨਾਂ ਦੇ ਬੰਦੂਕ ਦੀਆਂ ਗੋਲੀਆਂ ਨਾਲ ਮਾਰੇ ਗਏ। ਕਟੇ ਖੜਗ ਕੇ ਸੰਗਾ, ਔਰ ਕਈ ਤਲਵਾਰਾਂ ਨਾਲ ਵੱਢੇ ਗਏ, ਡਕਰੇ ਡਕਰੇ ਹੋ ਗਏ। ਇੱਥੇ ਉੱਤ ਲਖੇ ਸਿੰਘ ਇਹ ਆਵਤ, ਇੱਧਰ ਉੱਧਰ ਵੇਖਦੇ ਇਹਨਾਂ ਨੂੰ ਏਦਾਂ ਜਾਪਦਾ ਵੀ ਇਹ ਸਿੰਘ ਹੀ ਆ ਰਹੇ ਨੇ। ਇਹੋ ਜਿਹਾ ਸ਼ਹੀਦੀ ਪਹਿਰਾ ਲੱਗਾ ਵੀ ਜਿਹੜੇ ਉਹ ਤੁਰਕ ਆ ਰਹੇ ਨੇ ਨਾ, ਇਧਰੋਂ ਉਧਰੋਂ ਇਹਨਾਂ ਨੂੰ ਇੱਕ ਦੂਜੇ ਨੂੰ ਸਿੰਘ ਹੀ ਨਜ਼ਰ ਆਉਂਦੇ ਨੇ ਵੀ ਇਹ ਸਿੰਘ ਆ ਰਹੇ ਨੇ। ਕਰਤ ਆਪ ਮੈਂ ਜੰਗਾ, ਆਪਸ ਵਿੱਚ ਹੀ ਜੰਗ ਲੜੀ ਜਾਂਦੇ ਨੇ, ਆਪਸ ਵਿੱਚ ਹੀ ਮਾਰੀ ਵੱਢੀ ਕੱਟੀ ਜਾਂਦੇ ਨੇ। ਰਸਾਵਲ ਚੰਦ ਪਿਤਾ ਪੂਤ ਮਾਰਾ ਕੇ ਪ੍ਰਾਤੰਗ ਪ੍ਰਹਾਰਾ, ਇਹਦਾ ਆਪਸ ਵਿੱਚ ਵੱਢਣ ਲੱਗੇ ਇੱਕ ਦੂਜੇ ਨੂੰ ਕੇ ਪਿਓਆਂ ਨੇ ਪੁੱਤ ਮਾਰ ਦਿੱਤੇ, ਭਰਾਵਾਂ ਨੇ ਭਰਾ ਮਾਰ ਦਿੱਤੇ। ਕਰਾ ਚੋਲ ਚਾਲੇ ਨਾ ਜਾਈ ਸੰਭਾਲੇ, ਕਰਾ ਚੋਲ ਦਾ ਮਤਲਬ ਹੁੰਦਾ ਤਲਵਾਰਾਂ, ਤਲਵਾਰਾਂ ਏਦਾਂ ਚੱਲੀਆਂ ਕਿ ਇਹਨਾਂ ਕੋਲ ਹੁਣ ਆਪਣਾ ਆਪ ਸੰਭਾਲ ਨਹੀਂ ਹੁੰਦਾ। ਕਿਸੂ ਨਾ ਪੂਛੇ ਸੁਦੀ ਤੇ ਸੋ ਛੂਛੇ, ਪੁੱਛਦੇ ਨਹੀਂ ਹਨ ਅੱਗੇ ਕੌਣ ਹੈ, ਬਸ ਬੇਸੁਦੀ ਦੇ ਵਿੱਚ ਹੀ ਮਾਰੀ ਜਾਂਦੇ ਨੇ ਬੇਖਬਰੇ ਹੋਏ। ਕਰੇ ਉਹ ਜੇ ਧਾਵੇ ਪ੍ਰਹਾਰੰ ਚਲਾ, ਬੜੇ ਬਲ ਨਾਲ ਹਮਲਾ ਕਰਦੇ ਨੇ, ਪ੍ਰਹਾਰ ਕਰਦੇ ਨੇ ਤਲਵਾਰਾਂ ਦਾ। ਕੱਟੇ ਆਪ ਮਾਈ ਦਿਖੇ ਕੋਈ ਨਾਈ, ਆਪਸ ਵਿੱਚ ਹੀ ਕੱਟੀ ਜਾਂਦੇ ਨੇ, ਵੱਢੀ ਜਾਂਦੇ ਨੇ, ਦਿਸਦਾ ਹੀ ਨਹੀਂ ਹੈ ਵੀ ਮਾਰਨ ਵੇਲੇ ਹਨੇਰਾ ਇੰਨਾ ਜ਼ਿਆਦਾ।
ਤੇ ਨਜ਼ਰ ਹੀ ਨਹੀਂ ਆਉਂਦਾ, ਆਪਸ ਵਿੱਚ ਇੱਕ ਦੂਜੇ ਨੂੰ ਕੱਟੀ ਜਾਂਦੇ ਵੱਢੀ ਜਾਂਦੇ ਹਨ। ਪਛਾਨੇ ਨਾ ਆਨਾ ਪ੍ਰਹਾਰੇ ਕਿਰਪਾਨਾ, ਕਹਿੰਦੇ ਕਿਸੇ ਦੂਜੇ ਨੂੰ ਨਹੀਂ ਪਛਾਣਦੇ ਔਰ ਤਲਵਾਰਾਂ ਦੇ ਵਾਰ ਕਰਦੇ ਹਨ। ਤਿਸੀ ਮੋਰ ਚਾ ਮੈਂ ਸੰਘਾਰੇ ਤਮਾ ਮੈਂ, ਕਹਿੰਦੇ ਇਸੇ ਤਰ੍ਹਾਂ ਮੋਰਚਿਆਂ ਦੇ ਵਿੱਚ ਸਾਰੇ ਹੀ ਮਾਰੇ ਗਏ ਤਕਰੀਬਨ। ਇੱਕਾ ਦੁੱਕਾ ਹੀ ਕੋਈ ਬਚਿਆ ਹੋਵੇ ਤਾਂ ਬਚਿਆ ਹੋਵੇ, ਜਿਹੜੇ ਨੇੜੇ ਤੇੜੇ ਮੋਰਚਿਆਂ ਵਿੱਚ ਸਨ ਉਹ ਸਾਰੇ ਹੀ ਸੰਘਾਰ ਦਿੱਤੇ ਗਏ, ਮਾਰ ਦਿੱਤੇ ਗਏ। ਭਇਓ ਸ਼੍ਰੋਣ ਜਾਈ ਥਿਰਾ ਲੋਥ ਛਾਈ, ਔਰ ਲਹੂ ਉਹਨਾਂ ਦੇ ਸਰੀਰਾਂ ਚੋਂ ਤਤੀਰੀਆਂ ਬਣ ਕੇ ਵਹਿੰਦਾ ਚੱਲਿਆ ਜਾ ਰਿਹਾ, ਔਰ ਉਹਨਾਂ ਦੀਆਂ ਲਾਸ਼ਾਂ ਜ਼ਮੀਨ ਦੇ ਉੱਤੇ ਖਿੰਡੀਆਂ ਹੋਈਆਂ, ਮਿੱਝ ਤੇ ਮਾਸ ਦਾ ਗਾਰਾ ਬਣਿਆ ਹੋਇਆ ਹੈ। ਸੁਣਿਓ ਰੋਰ ਸੂਬੇ ਮਹਾ ਚਿੰਤ ਡੂਬੇ, ਉਧਰ ਸੂਬੇਦਾਰਾਂ ਦੇ ਕੰਨਾਂ 'ਚ ਜਦੋਂ ਆਵਾਜ਼ ਪਈ, ਇੱਕਦਮ ਉਹ ਵੀ ਬੜੀ ਡਾਢੀ ਚਿੰਤਾ 'ਚ ਡੁੱਬ ਗਏ। ਕਿਤੇ ਉਹਨਾਂ ਨੂੰ ਇਹ ਡਰ ਪੈ ਗਿਆ ਵੀ ਇੱਧਰ ਵੀ ਨਾ ਆ ਜਾਣ ਹਮਲਾ ਕਰਦਿਆਂ ਕਰਦਿਆਂ। ਉਹ ਬੜੀ ਚਿੰਤਾ ਵਿੱਚ ਡੁੱਬ ਗਏ ਜਿਹੜੇ ਸੂਬੇ ਸਨ। ਕਟਿਓ ਮੋਰ ਚਾਕੋ ਸੁਣਿਓ ਸ਼ੋਰ ਤਾਂ ਕੋ, ਪਤਾ ਲੱਗਾ ਕਿ ਉਧਰ ਲੋਹਗੜ੍ਹ ਕਿਲੇ ਦੇ ਨੇੜੇ ਜਿਹੜੇ ਸਾਡੇ ਮੋਰਚੇ ਸਨ ਉਹ ਸਾਰੇ ਹੀ ਕੱਟ ਕੇ ਨਿਬੇੜ ਦਿੱਤੇ ਨੇ ਸਿੰਘਾਂ ਨੇ, ਉਹ ਸਾਰੇ ਹੀ ਮਾਰ ਕੇ ਮੁਕਾ ਦਿੱਤੇ ਹਨ। ਬੜੋ ਗਜ਼ਬ ਹੋਵਾ ਨਹੀਂ ਮੂਡ ਜੋਵਾ, ਕਹਿੰਦੇ ਬੜਾ ਗਜ਼ਬ ਹੋਇਆ ਕਿ ਮੂਰਖਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਆਪਸ ਵਿੱਚ ਹੀ ਮਾਰਨ ਲੱਗ ਪਏ ਨੇ ਇੱਕ ਦੂਜੇ ਨੂੰ, ਪਤਾ ਲੱਗਿਆ ਇਹਨਾਂ ਨੂੰ ਸੂਬੇਦਾਰਾਂ ਨੂੰ ਵੀ ਉਹ ਤਾਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢ ਕੱਟ ਕੇ ਮਾਰਨ ਲੱਗ ਪਏ ਨੇ। ਬਨੇ ਕੋ ਉਪਾਵਾ ਅੰਧੇਰਾ ਸੋਛਾਵਾ, ਪਰ ਹੁਣ ਇਸ ਵੇਲੇ ਕੀ ਉਪਾਅ ਕਰੀਏ ਜੇ ਅਸੀਂ ਜਾਣੇ ਹਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਸਾਨੂੰ ਮਾਰਨ ਲੱਗ ਪੈਣਾ, ਹਨੇਰੇ ਵਿੱਚ ਪਤਾ ਨਹੀਂ ਲੱਗਣਾ, ਹਨੇਰੇ ਵਿੱਚ ਹੁਣ ਕੀ ਉਪਾਅ ਕਰੀਏ, ਕੋਈ ਸੁਝਦਾ ਨਹੀਂ। ਨਹੀਂ ਰਾਤ ਜਾਗੇ ਤਬੇ ਦਾਵ ਲਾਗੇ, ਕਹਿੰਦਾ ਸੂਬੇਦਾਰ, ਕਹਿੰਦਾ ਜਿਹੜੇ ਮਰੇ ਨੇ ਮੋਰਚਿਆਂ 'ਚ ਰਾਤੀ ਜਾਗਦੇ ਨਹੀਂ ਹੋਣੇ, ਮੈਂ ਸਵੇਰੇ ਕਹਿ ਕੇ ਆਇਆ ਸੀ ਸ਼ਰਫ ਅਲੀ ਨੂੰ ਕਿ ਸ਼ਰਫ ਅਲੀ ਰਾਤ ਨੂੰ ਇਹਨਾਂ ਨੂੰ ਚਾਰ ਚਾਰ ਅੱਖਾਂ ਲੱਗ ਜਾਂਦੀਆਂ ਨੇ ਸਿੰਘਾਂ ਨੂੰ, ਦਿਨੇ ਤਾਂ ਦੋ ਅੱਖਾਂ ਨਾਲ ਲੜਦੇ ਨੇ, ਰਾਤ ਨੂੰ ਚਾਰ ਚਾਰ ਲੱਗ ਜਾਂਦੀਆਂ ਇਹਨਾਂ ਨੂੰ ਇਹੋ ਜਿਹੇ ਲੜਾਕੂ ਨੇ। ਤੇ ਮੈਨੂੰ ਕਹਿੰਦਾ ਸੀ ਵੀ ਉਹਨਾਂ ਨੂੰ ਆਪਣੀਆਂ ਜਾਨਾਂ ਨਹੀਂ ਪਿਆਰੀਆਂ, ਸੁੱਤੇ ਰਹਿ ਗਏ ਹੋਣੇ ਨੇ ਤਾਂ ਹੀ ਇਹ ਦਾਅ ਲੱਗਾ ਇਹਨਾਂ ਨੂੰ, ਇਹ ਜਾਗਦੇ ਨਹੀਂ ਹੋਣੇ ਮੋਰਚਿਆਂ ਵਿੱਚ, ਸੁੱਤੇ ਪਏ ਸੀ ਹੁਣ ਸੌਂ ਹੀ ਗਏ ਨੇ, ਸਦਾ ਵਾਸਤੇ ਨਹੀਂ ਉੱਠਣੇ। ਪਰ ਸਿੰਘ ਜਾਈ ਲਖੇ ਜਾਓ ਭਾਈ, ਹੁਣ ਸਿੰਘ ਜਾ ਪਏ ਨੇ ਉਹਨਾਂ ਦੇ ਉੱਤੇ, ਹੇ ਭਾਈ ਹੁਣ ਦਾਅ ਲੱਗ ਗਿਆ ਸਿੰਘਾਂ ਦਾ। ਦੋਹਰਾ ਇਸ ਪ੍ਰਕਾਰ ਘਟ ਮੋਰਚਾ, ਫਤਿਹ ਖਾਲਸਾ ਪਾਏ। ਇਸ ਪ੍ਰਕਾਰ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਨੇੜੇ ਤੁਰਕਾਂ ਦੇ ਮੋਰਚੇ ਨੂੰ ਕੱਟ ਕੇ ਖਾਲਸੇ ਨੇ ਕੇਵਲ ਅੱਧੀ ਘੜੀ ਦੇ ਵਿੱਚ ਹੀ ਜਿੱਤ ਪ੍ਰਾਪਤ ਕਰ ਲਈ। ਜਦੋਂ ਸਤਿ ਸ੍ਰੀ ਅਕਾਲ ਕਹਿ ਕੇ ਹਮਲਾ ਕਰਦਾ ਨਾ ਖਾਲਸਾ, ਫਿਰ ਵੱਡੇ ਤੋਂ ਵੱਡੇ ਮੋਰਚੇ ਨੂੰ ਤੋੜਦਿਆਂ ਦੇਰੀ ਨਹੀਂ ਲਾਉਂਦਾ, ਕੇਵਲ ਅੱਧੀ ਘੜੀ ਦਾ ਹੀ ਸਮਾਂ ਲੱਗਾ। ਅੱਧੀ ਘੜੀ ਦੇ ਵਿੱਚ ਹੀ ਕਹਿੰਦੇ ਖਾਲਸੇ ਨੇ ਤੁਰਕਾਂ ਦਾ ਮੋਰਚਾ ਕੱਟ ਕੇ ਨਿਬੇੜਿਆ ਔਰ ਉਹਦੇ ਤੇ ਫਤਿਹ ਪ੍ਰਾਪਤ ਕਰ ਲਈ ਹੈ। ਤੁਰਕ ਮੂੜ ਮਤ ਹੋਏ ਕਰ, ਨਾਸ਼ ਪਏ ਦੁੱਖ ਪਾਏ। ਤੁਰਖ ਮੂਰਖ ਮਤ ਦੇ ਨਾਲ ਆਪਸ ਵਿੱਚ ਇੱਕ ਦੂਜੇ ਨੂੰ ਬਿਨਾਂ ਸੁੱਧ ਤੋਂ ਮਾਰ ਕੇ ਮੁਕਾਉਣ ਲੱਗ ਪਏ।
ਸ਼ਰਾਬ ਦੇ ਨਸ਼ੇ 'ਚ ਕਈ ਧੁੱਤ ਸੀ, ਕਈ ਨੀਂਦ ਦੀ ਲੋਰ ਵਿੱਚ ਧੁੱਤ ਸੀ ਤੇ ਕਈ ਉਦਾਂ ਹੀ ਬੇਖਬਰੇ ਹੋਏ ਪਏ ਸਨ ਆਰਾਮ ਦੇ ਨਾਲ। ਤੋ ਕਹਿੰਦੇ ਇਸ ਪ੍ਰਕਾਰ ਨਾਲ ਮੂਰਖ ਮਤ ਹੋ ਗਈ। ਪਰਮੇਸ਼ਰ ਜਦੋਂ ਮਾਰਨ ਲੱਗਦਾ ਨਾ ਉਦੋਂ ਮਤ ਮਾਰਦੇ ਤੇ ਫਿਰ ਆਪੇ ਹੀ ਮਰ ਜਾਂਦੇ। ਕਹਾਵਤ ਹੈ ਨਾ ਸਿਆਣਿਆਂ ਦੀ, ਰੱਬ ਨਾ ਡਾਂਗੀ ਮਾਰਦਾ ਮਤ ਦੇ ਕਵੱਲੀ। ਰੱਬ ਡਾਂਗ ਥੋੜ੍ਹੀ ਮਾਰਦਾ, ਉਹ ਕਵੱਲੀ ਮਤ ਦੇ ਦਿੰਦਾ, ਉਹਦੇ ਨਾਲ ਆਪੇ ਹੀ ਮਰ ਜਾਂਦੇ। ਰੱਬ ਨੂੰ ਨਹੀਂ ਚੁੱਕਣੀ ਪੈਂਦੀ, ਫਿਰ ਆਪ ਹੀ ਚੁੱਕ ਲੈਂਦੇ ਆਪੋ 'ਚ ਡਾਂਗਾਂ। ਰੱਬ ਨੂੰ ਨਹੀਂ ਚੁੱਕਣੀ ਪੈਂਦੀ, ਰੱਬ ਮਤ ਹੀ ਇਹੋ ਜਿਹੀ ਦੇ ਦਿੰਦਾ ਵੀ ਉਹ ਆਪ ਹੀ ਚੁੱਕੀ ਫਿਰਦੇ ਇੱਕ ਦੂਜੇ 'ਤੇ ਡਾਂਗਾਂ। ਫਿਰ ਕਹਿੰਦੇ ਇੱਦਾਂ ਆਪ ਇਹੋ ਜਿਹੀ ਮੂਰਖ ਮਤ ਹੋਈ ਇਹਨਾਂ ਦੀ ਕਿ ਆਪਸ ਵਿੱਚ ਹੀ ਲੜ ਲੜ ਕੇ ਮਰਨ ਲੱਗ ਪਏ। ਚੋਪਈ ਕੰਚਨ ਕੋ ਮੰਦਰ ਬੜ ਸੁੰਦਰ। ਇੱਧਰ ਕਲਗੀਧਰ ਸਵਾਮੀ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਲਾਗੇ ਮਹਾਰਾਜ ਜੀ ਦਾ ਆਸਣ ਹੈ, ਸੋਨੇ ਦਾ ਮਹਿਲ ਹੈ ਜਿੱਥੇ ਪਾਤਸ਼ਾਹ ਬਿਰਾਜਦੇ। ਮਹਾਂਪੁਰਸ਼ ਦੱਸਦੇ ਗੁਰਦੇਵ ਜਿੱਥੇ ਆਰਾਮ ਕਰਦੇ ਸੀ ਨਾ, ਉਹ ਸਾਰਾ ਭਾਈ ਦਇਆ ਸਿੰਘ ਜੀ ਅਤੇ ਜਿਹੜੇ 25 ਸਿੰਘ ਮਹਾਰਾਜ ਜੀ ਦੇ ਕਮਰ ਕੱਸੇ ਦੇ ਸਿੰਘ ਸੀ ਨਾ, ਉਹਨਾਂ ਨੇ ਸੋਨਾ ਲਾਇਆ ਹੋਇਆ ਸਾਰੇ ਕਮਰੇ 'ਚ, ਪਲੰਘਾ ਵੀ ਸੋਨੇ ਦਾ ਜਿੱਥੇ ਪਾਤਸ਼ਾਹ ਬਿਰਾਜਦੇ ਸਨ। ਭਾਵਨਾ ਸੀ ਗੁਰੂ ਕੇ ਲਾਲਾਂ ਦੀ। ਕਹਿੰਦੇ ਕੰਚਨ ਦੇ ਸੋਨੇ ਦੇ ਆਸਣ 'ਤੇ ਔਰ ਸੋਨੇ ਦਾ ਹੀ ਮਹਿਲ ਹੈ ਜਿੱਥੇ ਮਹਾਰਾਜ ਜੀ ਬਿਰਾਜੇ ਹਨ। ਹੀਰਾ ਮੁਕਤਾ ਲਾਗੇ ਅੰਦਰ। ਉਹਦੇ ਵਿੱਚ ਬੜੇ ਬੜੇ ਕੀਮਤੀ ਹੀਰੇ ਮੋਤੀ ਬਡੂਰਜ ਮਣੀਆਂ ਉਹ ਲੱਗੀਆਂ ਹੋਈਆਂ ਨੇ। ਨੀਕੇ ਕਾਰੀਗਰਨ ਸੁਧਾਰੀ ਔਰ ਚੰਗੇ ਚੰਗੇ ਕਾਰੀਗਰਾਂ ਨੇ ਹੀਰਿਆਂ ਨੂੰ ਬੜੇ ਸੋਹਣੇ ਢੰਗ ਨਾਲ ਕੱਟ ਕੇ ਉਹ ਕਮਰੇ ਵਿੱਚ ਜਿੱਥੇ ਪਾਤਸ਼ਾਹ ਜੀ ਦਾ ਆਸਣ ਹੈ ਨਾ ਉੱਥੇ ਕਾਰੀਗਰਤਾ ਕੀਤੀ ਹੋਈ ਹੈ। ਤਾਰੂ ਕੀ ਪੰਕਤ ਬੇਲ ਬਿਥਾਰੀ ਦਰਖਤਾਂ ਦੀਆਂ ਲੈਣਾਂ ਬਣਾਈਆਂ ਹੋਈਆਂ ਨੇ, ਉਹਦੇ ਵਿੱਚ ਵੇਲਾਂ ਬਣਾਈਆਂ ਹੋਈਆਂ ਨੇ ਸੋਨੇ ਦੀਆਂ ਸੁਨਹਿਰੀ। ਬਹੁਤ ਬਡੂਰਜ ਮਨ ਦਮਕਾਈ ਉਹਦੇ ਵਿੱਚ ਬਡੂਰਜ ਮਣੀਆਂ ਜਿਹੜੀਆਂ ਨੇ ਉਹ ਬੜੀਆਂ ਦਮਕਦੀਆਂ ਤੇ ਚਮਕਦੀਆਂ ਨੇ। ਅਸ ਘਰ ਸਭ ਰੁਤਮੈ ਸੁਖਦਾਈ ਇਹੋ ਜਿਹਾ ਘਰ ਮਹਾਰਾਜ ਜੀ ਦਾ ਸੋਹਣਾ ਜਿੱਥੇ ਪਾਤਸ਼ਾਹ ਦਾ ਆਸਣ ਹੈ ਵੀ ਸਾਰੀਆਂ ਰੁੱਤਾਂ 'ਚ ਸੁਖਦਾਈ। ਸਿਆਲਾਂ ਵਿੱਚ ਉੱਥੋਂ ਉਹ ਘਰ ਗਰਮ ਰਹਿੰਦਾ ਤੇ ਗਰਮੀਆਂ 'ਚ ਠੰਡਾ ਰਹਿੰਦਾ, ਏਦਾਂ ਦਾ ਘਰ ਹੈ ਪਾਤਸ਼ਾਹ ਜੀ ਦਾ ਬਣਿਆ ਹੋਇਆ ਜਿਹੜਾ ਸਾਰੀਆਂ ਰੁੱਤਾਂ ਵਿੱਚ ਸੋਹਣਾ ਰਹਿੰਦਾ ਹੈ। ਸਤਿਗੁਰ ਤਿਸਕੇ ਬੀਚ ਬਿਰਾਜੇ ਇਹੋ ਜਿਹੇ ਸੋਹਣੇ ਘਰ ਵਿੱਚ ਮੇਰੇ ਪਾਤਸ਼ਾਹ ਗੁਰੂ ਕਲਗੀਧਰ ਜੀ ਬਿਰਾਜਦੇ ਹਨ। ਰੁਚਿਰ ਪੰਕ ਤਰੇ ਛਬ ਛਾਜੇ ਸੋਹਣਾ ਪਲੰਘਾ ਹਾਥੀ ਦੇ ਦਾਂਦਾਂ ਦੇ ਪਾਵੇ ਬਣੇ ਹੋਏ ਉਸ ਪਲੰਘੇ ਦੇ, ਉਸ ਪਲੰਘੇ ਤੇ ਗਰੀਬ ਨਵਾਜ ਪਾਤਸ਼ਾਹ ਜੀ ਬਿਰਾਜਦੇ ਨੇ। ਰਚੇ ਪੁਰਟ ਕੇ ਪਾਵੇ ਚਾਰੂ ਔਰ ਕਹਿੰਦੇ ਸੋਨੇ ਦੇ ਨਾਲ ਉਤੋਂ ਪਾਵੇ ਜਿਹੜੇ ਨੇ ਉਹ ਸੋਨੇ ਦੇ ਪੱਤਰੇ ਦੇ ਨਾਲ ਮੜੇ ਹੋਏ ਨੇ। ਸਬਜ ਮਣੀ ਖੱਚ ਕੀ ਗੁਲਜ਼ਾਰੂ ਉਹਦੇ 'ਚ ਸ਼ਬਜ ਮਣੀਆਂ ਲਾਈਆਂ ਹੋਈਆਂ ਨੇ, ਬੜੇ ਸੋਹਣੇ ਗੁਲਜ਼ਾਰ ਉਹਦੋਂ ਲੱਗੇ ਹੋਏ ਬੜੇ ਸੋਹਣੇ ਚਮਕ ਰਹੇ ਨੇ। ਕਿਸੇ ਦੇਸ਼ ਕੋ ਸੁੰਦਰ ਕਰਿਓ ਕਹਿੰਦੇ ਕਿਸੇ ਬਾਹਰਲੇ ਦੇਸ਼ ਵਿੱਚੋਂ ਇਹ ਪਲੰਘਾ ਬਕਾਇਦੇ ਤੌਰ ਤੇ ਸੁੰਦਰ ਘੜ ਕੇ ਸਿੱਖਾਂ ਨੇ ਭੇਜਿਆ। ਰੁਚਿਰ ਮਖਮਲੀ ਛਾਦ ਵਿਛੋਨਾ ਫਿਰ ਉਹਦੇ ਤੇ ਜਿਹੜਾ ਵਿਛੋਣਾ ਉਹ ਵੀ ਬੜਾ ਸੁੰਦਰ ਰੁਚਿਰ ਮਖਮਲੀ ਵਿਛੋਣਾ। ਸੇਜ ਬੰਦ ਸੁੰਦਰ ਦੁਤੀ ਪੋਨਾ ਉਹਦੇ ਤੇ ਸੇਜਾ ਬੰਦ ਲੱਗਾ ਹੋਇਆ ਬੜਾ ਸੋਹਣਾ
ਬੜੀ ਉਹਦੀ ਦੁਤੀ ਹੈ, ਪ੍ਰਕਾਸ਼ ਹੈ। ਗੁੰਫੇ ਜ਼ਰੀਦਾਰ ਲਟਕੰਤੇ, ਜ਼ਰੀਦਾਰ ਗੁੰਫੇ ਜਿਹੜੇ ਗੁੱਛੇ ਹੁੰਦੇ ਨੇ ਉਹ ਲਟਕਦੇ ਹਨ। ਤਿਸ ਪ੍ਰਭੂ ਵਿਸਰਾਮ ਕਰਨ ਤੇ, ਸੋਹਣਾ ਸਰਾਣਾ ਤੇ ਉਹਦੇ ਤੇ ਸਤਿਗੁਰੂ ਜੀ ਬਿਰਾਜੇ ਹੋਏ ਕਲਗੀਧਰ ਜੀ। ਰਾਤ ਦਾ ਸਮਾਂ ਵੇਖੋ, ਭਾਈ ਸਾਹਿਬ ਨੇ ਪਲਗਾ ਵਰਣਨ ਕੀਤਾ ਤੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਉਹਦੇ ਤੇ ਬਿਰਾਜੇ ਹੋਏ, ਐਨ ਦਰਸ਼ਨ ਕਰਾ ਰਹੇ ਨੇ, ਹੋ ਰਹੇ ਨੇ ਨਾ ਦਰਸ਼ਨ। ਉਸ ਪਲਗੇ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਹਨ। ਚਿੱਟੇ ਰੰਗ ਦਾ ਚਾਦਰਾ ਗੁਰਦੇਵ ਨੇ ਸਰੀਰ ਤੇ ਲਿਆ ਹੋਇਆ ਹੈ। ਰੋਰਾ ਸੁਣ ਕਰ ਨਿੰਦਰਾ ਤਿਆਗੀ, ਬਾਹਰ ਇੱਕਦਮ ਸ਼ੋਰ ਸੁਣਿਆ ਨਾ, ਜਦੋਂ ਰਾਤ ਦਾ ਸਮਾਂ ਸੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕਦਮ ਉੱਠੇ ਹਨ। ਚੌਕੀਦਾਰ ਹਕਾਰ ਸੇ ਆਗੀ, ਜਿਹੜਾ ਬਾਹਰ ਪਹਿਰੇਦਾਰ ਖੜਾ ਸੀ ਉਹਨੂੰ ਆਵਾਜ਼ ਮਾਰੀ, ਪਹਿਰੇਦਾਰ ਨੂੰ ਸੱਦਿਆ ਪੁੱਛਣ ਵਾਸਤੇ। ਤਿਸ ਕੋ ਕਹਿਓ ਪਠਿਓ ਨਰ ਕੋਈ, ਮਹਾਰਾਜ ਜੀ ਨੇ ਪਹਿਰੇਦਾਰ ਨੂੰ ਕਿਹਾ ਪਤਾ ਕਰੋ ਬਾਹਰ ਜਾ ਕੇ, ਭਾਈ ਇਹ ਰੌਲਾ ਕਾਹਦਾ ਹੈ, ਕਹਾ ਜੰਗ ਮਾਚਿਓ ਲੋ ਜੋਈ, ਪਤਾ ਕਰੋ ਵੀ ਇਹ ਜੰਗ ਕਿੱਥੇ ਹੋਇਆ। ਰਾਤ ਦਾ ਸਮਾਂ, ਜੰਗ ਹੋਇਆ, ਇਹ ਜੰਗ ਦੀ ਆਵਾਜ਼ ਹੈ, ਕਿਸ ਪਾਸੇ ਕਿਹੜੀ ਦਿਸ਼ਾ ਵਿੱਚ ਜੰਗ ਹੋ ਰਿਹਾ। ਟੈਂਕੋ ਸਿੰਘ ਲਿਆਓ ਮਮ ਤੀਰ, ਜਿੱਥੇ ਜੰਗ ਹੋ ਰਿਹਾ ਉੱਥੋਂ ਦਾ ਕੋਈ ਸਿੰਘ ਜਿਹੜਾ ਉਹ ਮੇਰੇ ਕੋਲ ਲੈ ਕੇ ਆਓ, ਜਿਹੜਾ ਮੈਨੂੰ ਉੱਥੋਂ ਦੀ ਸਾਰੀ ਗੱਲ ਜਾਣਕਾਰੀ ਦੇਵੇ, ਕਿਉਂਕਿ ਇੱਥੋਂ ਜਿਹੜਾ ਜਾ ਕੇ ਪੁੱਛੇਗਾ ਗੱਲ ਉਹ ਇੱਥੇ ਮੇਰੇ ਕੋਲ ਆ ਕੇ ਦੱਸੇਗਾ, ਉਦੋਂ ਤੱਕ ਹੋਰ ਹੋ ਜਾਏਗੀ। ਵੀ ਉੱਥੋਂ ਸਿੰਘ ਹੀ ਸੱਦ ਲਿਆਓ ਜਿੱਥੇ ਜੰਗ ਹੋਇਆ, ਵੀ ਉਹ ਆ ਕੇ ਸਾਰੀ ਗੱਲ ਸਾਨੂੰ ਦੱਸੇ। ਸਰਬ ਬਾਤ ਜੋ ਕਹੇ ਸਧੀਰ, ਜਿਹੜਾ ਸਾਰੀ ਵਾਰਤਾ ਸਾਨੂੰ ਚੰਗੇ ਢੰਗ ਨਾਲ ਦੱਸੇ ਕਿ ਕਿਉਂ ਹੋਇਆ ਜੰਗ, ਕਿਵੇਂ ਹੋਇਆ, ਕੀ ਬਣਿਆ। ਸੁਣ ਬਾਹਰ ਤੇ ਸਿੰਘ ਪਠਾਇਓ, ਮਹਾਰਾਜ ਜੀ ਦਾ ਹੁਕਮ ਪਹਿਰੇਦਾਰ ਨੇ ਸੁਣਿਆ, ਬਾਹਰੋਂ ਇੱਕ ਸਿੰਘ ਨੂੰ ਭੇਜਿਆ। ਦੋਰੇ ਤੁਰਤ ਲੋਹਗੜ ਆਇਓ, ਸਿੰਘ ਨੇ ਪਤਾ ਕੀਤਾ ਵੀ ਲੋਹਗੜ ਸਾਹਿਬ ਵੱਲੋਂ ਆਵਾਜ਼ ਆਉਂਦੀ ਹੈ। ਉਹ ਸਿੰਘ ਨੇ ਜਿਉਂ ਘੋੜਾ ਦੌੜਾਇਆ ਤੇ ਲੋਹਗੜ ਸਾਹਿਬ ਕੋਲ ਪਹੁੰਚਿਆ। ਸ਼ੇਰ ਸਿੰਘ ਨਾ ਹਰ ਸਿੰਘ ਮਿਲਿਓ, ਅੱਗੇ ਭਾਈ ਸ਼ੇਰ ਸਿੰਘ ਤੇ ਭਾਈ ਨਾਰ ਸਿੰਘ ਜੀ ਦੋਵੇਂ ਜਥੇਦਾਰ ਸੀ ਲੋਹਗੜ ਕਿਲੇ ਦੇ, ਉਹਨਾਂ ਨੂੰ ਜਾ ਕੇ ਮਹਾਰਾਜ ਜੀ ਦਾ ਭੇਜਿਆ ਹੋਇਆ ਇਹ ਸਿੰਘ ਮਿਲਿਆ। ਗੁਰੂ ਪਠਾਇਓ ਮੈਂ ਇਤਿਆ ਮਿਲਿਓ, ਕਹਿਣ ਲੱਗੇ ਭਾਈ ਸ਼ੇਰ ਸਿੰਘ ਜੀ ਕਲਗੀਧਰ ਜੀ ਨੇ ਮੈਨੂੰ ਭੇਜਿਆ ਤੁਹਾਡੇ ਤਾਂ ਹੀ, ਮੈਂ ਤਾਂ ਤੁਹਾਨੂੰ ਮਿਲਣ ਆਇਆ ਹਾਂ। ਕਿਮ ਰੋਰਾ ਮਾਚਿਓ ਤੁਮ ਓਰੀ, ਮਹਾਰਾਜ ਜੀ ਪੁੱਛਦੇ ਨੇ ਵੀ ਇੱਥੇ ਰੋਲਾ ਕਿਉਂ ਮਚਿਆ ਹੋਇਆ, ਇੱਦਾਂ ਇੰਨਾ ਸ਼ੋਰ ਕਿਉਂ ਮਚਿਆ ਹੋਇਆ। ਸੁਧ ਲੈ ਬੇਹਿਤੀ ਆਇਓ ਦੋਰੀ, ਸੁਧ ਲੈਣ ਲਈ ਦੌੜਿਆ ਆਇਆ ਹਾਂ ਕਲਗੀਧਰ ਦੇ ਹੁਕਮ ਨਾਲ। ਆਪਣੇ ਸਿੰਘ ਸੰਗ ਕਰ ਦੀਜੈ, ਭਾਈ ਸ਼ੇਰ ਸਿੰਘ ਜੀ ਤੁਸੀਂ ਆਪਣਾ ਕੋਈ ਸਿੰਘ ਮੇਰੇ ਨਾਲ ਭੇਜੋ, ਜਿਹੜਾ ਇੱਥੇ ਜਿਹਨੇ ਵੇਖਿਆ ਹੋਵੇ ਸਾਰਾ ਕੁਝ, ਤੇ ਮੇਰੇ ਨਾਲ ਉਹਨੂੰ ਭੇਜ ਦਿਓ। ਪਟੋ ਤੁਰਤ ਨੈ ਬਿਲਮ ਲਗੀ ਜੈ, ਛੇਤੀ ਭੇਜੋ ਤਾਂ ਜੋ ਕਲਗੀਧਰ ਜੀ ਨੂੰ ਜਾ ਕੇ ਉਹ ਸਾਰੀ ਖਬਰ ਦੇਵੇ, ਦੇਰੀ ਨਾ ਕਰੋ। ਸੁਣ ਗੁਰ ਨਾਮ ਬਤਾਏ ਬਿਰਤੰਤਾ, ਸੁਣ ਕੇ ਸਤਿਗੁਰਾਂ ਦਾ ਨਾਂ ਅੱਗੋਂ ਭਾਈ ਸ਼ੇਰ ਸਿੰਘ ਤੇ ਨਾਰ ਸਿੰਘ ਜੀ ਬੋਲੇ, ਫਤਿਹ ਲਈ ਕਹੀਏ ਭਗਵੰਤਾ, ਕਹਿਣ ਲੱਗੇ ਸਿੰਘਾ ਜਾ ਕੇ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿ ਕੇ ਗੁਰਦੇਵ ਜੀ ਤੁਹਾਡੀ ਕਿਰਪਾ ਨਾਲ ਅੱਜ ਰਾਤ ਨੂੰ ਜੰਗ ਹੋਇਆ ਤੇ ਸਿੰਘਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਸੰਗ ਜਵਾਹਰ ਸਿੰਘ ਪਠਾਇਓ, ਔਰ ਨਾਲ ਭਾਈ ਜਵਾਹਰ ਸਿੰਘ ਨੂੰ ਭੇਜਿਆ ਵੀ ਜਵਾਹਰ ਸਿੰਘ ਜੀ ਤੁਸੀਂ ਜਾਓ ਵੀ ਜੋ ਜੋ ਹੋਇਆ ਇੱਥੇ, ਜੋ ਜੋ ਇੱਥੇ ਜਿਵੇਂ ਜਿਵੇਂ ਅਸੀਂ ਹਮਲਾ ਕੀਤਾ, ਵਿਉਂਤਬੰਦੀ ਕੀਤੀ, ਉਹ ਤੁਸੀਂ ਜਾ ਕੇ ਕਲਗੀਧਰ ਜੀ ਨੂੰ ਦੱਸੋ।
ਤਤ ਚਿੰਨ ਚੱਲਿਓ ਗੁਰੂ ਟਿਗ ਆਇਓ। ਭਾਈ ਜਵਾਹਰ ਸਿੰਘ ਜੀ ਕਿਲਾ ਲੋਹਗੜ੍ਹ ਸਾਹਿਬ ਤੋਂ ਸਿੰਘ ਨਾਲ ਟੁਰ ਪਏ ਜਿਹੜਾ ਬੁਲਾਣ ਆਇਆ ਸੀ, ਤੇ ਚੱਲ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਆਏ। ਬੈਠੇ ਪ੍ਰਭ ਬੂਜੀਓ ਕਿਸ ਤਾਈ। ਅੱਗੇ ਸਤਿਗੁਰੂ ਜੀ ਬੈਠੇ ਸਨ ਵੀਰ ਆਸਣ ਤੇ, ਜਵਾਹਰ ਸਿੰਘ ਜੀ ਨੇ ਫਤਿਹ ਗਜਾਈ, ਆ ਕੇ ਨਮਸਕਾਰ ਕੀਤੀ। ਮਹਾਰਾਜ ਜੀ ਨੇ ਪੁੱਛਿਆ, ਜਵਾਹਰ ਸਿੰਘ ਕੀ ਹੋਇਆ? ਕਸ ਰੋਰਾ ਮਾਚੀਓ ਸਮੁਦਾਇ। ਦੱਸੋ ਆ ਕਿਵੇਂ ਰੌਲਾ ਪਿਆ ਹੋਇਆ, ਲੋਹਗੜ੍ਹ ਵਾਲੇ ਪਾਸੇ ਕੀ ਗੱਲ ਹੋਈ ਹੈ? ਕਹਿਓ ਜਵਾਹਰ ਸਿੰਘ ਕਰ ਜੋਰ। ਭਾਈ ਜਵਾਹਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰਭ ਜੀ ਪਇਓ ਮੋਰਚੇ ਸ਼ੋਰ। ਮਹਾਰਾਜ ਜੀ, ਇਹ ਦੁਸ਼ਮਣਾਂ ਦੇ ਮੋਰਚੇ ਵਿੱਚ ਸ਼ੋਰ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਸ਼ੇਰ ਸਿੰਘ ਨਾਹਰ ਸਿੰਘ ਦੋਈ। ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਜੀ ਜੋ ਤੁਹਾਡੇ ਸੇਵਾਦਾਰ ਨੇ ਤੇ ਲੋਹਗੜ੍ਹ ਕਿਲੇ ਦੇ ਜਥੇਦਾਰ ਨੇ, ਮੰਤਰ ਕੀਨ ਮੋਰਚਾ ਟਿਗੋਈ। ਉਹਨਾਂ ਨੇ ਸਲਾਹ ਕੀਤੀ ਕਿ ਵੈਰੀ ਨੇ ਆਪਣਾ ਮੋਰਚਾ ਕਿਲਾ ਲੋਹਗੜ੍ਹ ਦੇ ਨੇੜੇ ਕੀਤਾ। ਸਗਰੇ ਸੁਪਤੇ ਤੁਰਕ ਨਿਹਾਰੇ। ਉਹਨਾਂ ਨੂੰ ਦਾ ਲੱਗ ਗਿਆ ਸਿੰਘਾਂ ਨੂੰ, ਉਹਨਾਂ ਵੇਖਿਆ ਵੀ ਤੁਰਕ ਮੋਰਚਿਆਂ ਚ ਸੁੱਤੇ ਪਏ ਨੇ। ਤੁਮਰੀ ਦਿਸ਼ ਤੇ ਡਰ ਔਰ ਤਾਰੇ। ਪਰ ਤੁਹਾਡੇ ਵੱਲੋਂ ਉਹਨਾਂ ਦੇ ਮਨ ਚ ਡਰ ਵੀ ਸੀ ਵੀ ਗੁਰੂ ਸਾਹਿਬ ਕੋਲੋਂ ਆਗਿਆ ਨਹੀਂ ਲਈ, ਤੁਹਾਡੇ ਵੱਲੋਂ ਉਹਨਾਂ ਦੇ ਮਨ ਵਿੱਚ ਡਰ ਵੀ ਸੀ। ਸ਼ੇਰ ਸਿੰਘ ਤਵ ਕਹਿਓ ਸੁਣਾਈ। ਪਰ ਸ਼ੇਰ ਸਿੰਘ ਜੀ ਨੇ ਉਸ ਵੇਲੇ ਬਚਨ ਕਿਹਾ, ਕਹਿਣ ਲੱਗੇ ਹੱਥ ਜੋਰ ਹਮਲੇ ਬਖਸ਼ਾਈ। ਕਹਿੰਦੇ ਵੀ ਜੇ ਸਤਿਗੁਰੂ ਜੀ ਰੰਜ ਹੋਏ ਤੇ ਹੱਥ ਜੋੜ ਕੇ ਅਸੀਂ ਉਹਨਾਂ ਕੋਲੋਂ ਮਾਫੀ ਮੰਗ ਲਾਂਗੇ, ਸਤਿਗੁਰੂ ਬਖਸ਼ੰਦ ਨੇ ਉਹ ਸਾਨੂੰ ਬਖਸ਼ ਲੈਣਗੇ। ਨਿਸੀ ਅੰਧਿਆਰੀ ਪਿੱਖ ਕਰ ਪਰੇ। ਇਹਨਾਂ ਰਾਤ ਹਨੇਰੀ ਜਾਣ ਕੇ ਸਿੰਘਾਂ ਨੇ ਦੁਸ਼ਮਣਾਂ ਤੇ ਹਮਲਾ ਕੀਤਾ। ਚਰਮ ਤਰੇ ਖਗ ਨੰਗੇ ਕਰੇ। ਬਸ ਕੇਵਲ ਹੱਥਾਂ ਵਿੱਚ ਢਾਲਾਂ ਤੇ ਤਲਵਾਰਾਂ ਨੰਗੀਆਂ ਕਰਕੇ ਗਏ ਸਨ ਸਿੰਘ ਜੰਗ ਦੇ ਮੈਦਾਨ ਵਿੱਚ। ਕਟਿਆ ਕਰਤ ਪਏ ਤੁਰਕਾਨਾ। ਮਹਾਰਾਜ ਤੁਰਕਾਂ ਨੂੰ ਵੱਢ ਕੇ ਅੱਧੀ ਘੜੀ ਚ ਮਹਾਰਾਜ ਸੱਥਰ ਵਿਛਾ ਦਿੱਤੇ ਤੁਹਾਡੇ ਪਿਆਰੇ ਲਾਲਾਂ ਨੇ। ਹਾਏ ਖੁਦਾਏ ਅੱਲਾ ਬਖਾਨਾ। ਬਸ ਉਹ ਇਹੀ ਕਹਿੰਦੇ ਸੀ ਮਰਦੇ, ਹਾਏ ਖੁਦਾ ਹਾਏ ਅੱਲਾ, ਬਸ ਇਹੀ ਉਹਨਾਂ ਦੀ ਜ਼ੁਬਾਨੋਂ ਸੁਣਾਈ ਦਿੰਦਾ ਸੀ। ਆਦਿ ਕਰੀ ਕਿਰਪਾਨ ਬਜਾਏ। ਤਕਰੀਬਨ ਅੱਧੀ ਕੁ ਘੜੀ ਮਹਾਰਾਜ ਤੁਹਾਡੇ ਸਿੰਘਾਂ ਨੇ ਤਲਵਾਰ ਚਲਾਈ ਤੁਹਾਡੇ ਬਲ ਨਾਲ, ਤੁਹਾਡੀ ਕਿਰਪਾ ਨਾਲ। ਕੋਹਾ ਤੋਏ ਕਹਿ ਕਾਏ ਪਲਾਏ। ਔਰ ਮਹਾਰਾਜ ਬਹੁਤੇ ਮਾਰੇ ਗਏ ਤੇ ਕਈ ਘਾਇਲ ਤੇ ਜ਼ਖਮੀ ਹੋ ਕੇ ਨੱਠ ਗਏ, ਭੱਜ ਗਏ। ਤੁਪਕ ਤਮਾਂਚੇ ਖੜਗ ਨਿਖੰਗਾ। ਔਰ ਮਹਾਰਾਜ ਬੰਦੂਕਾਂ ਤਵੰਚੇ ਤਲਵਾਰਾਂ ਤੇ ਨੇਜੇ ਕਰਾ ਚੋਲ ਬੋ ਲੂਟ ਨਿਸੰਗਾ। ਔਰ ਕਹਿੰਦੇ ਤਲਵਾਰਾਂ ਦੇ ਸਹਿਤ ਹੋਰ ਸ਼ਸਤਰ ਅਸਤਰ ਚੱਲਣ ਲੱਗੇ। ਮਹਾਰਾਜ ਇੱਕ ਹੋਰ ਗੱਲ ਸਿਆਣੀ ਸਿੰਘਾਂ ਨੇ ਕੀਤੀ ਕਿ ਦੁਸ਼ਮਣਾਂ ਦੀਆਂ ਬੰਦੂਕਾਂ ਚੁੱਕ ਲਿਆਏ ਨੇ, ਉਹਨਾਂ ਦੇ ਬਰੂਦ ਦੇ ਭਰੇ ਕੁੱਪੇ ਚੁੱਕ ਲਿਆਏ ਨੇ ਸਿੰਘ, ਕਿਉਂਕਿ ਸ਼ਸਤਰ ਲੋੜ ਹੁੰਦੀ ਹੈ। ਜਿਹੜੇ ਜਿਹੜੇ ਸ਼ਸਤਰ ਹਥਿਆਰ ਉਹਨਾਂ ਦੇ ਹੱਥ ਲੱਗੇ ਉਹ ਸਿੰਘ ਚੁੱਕ ਕੇ ਕਿਲੇ ਲੋਹਗੜ੍ਹ ਵਿੱਚ ਲੈ ਆਏ ਨੇ। ਇਹ ਬੜੀ ਵੱਡੀ ਗੱਲ ਹੁੰਦੀ ਆ ਵੀ ਦੁਸ਼ਮਣ ਨੂੰ ਮਾਰ ਕੇ ਫਿਰ ਉਹਦਾ ਹਥਿਆਰ ਵੀ ਖੋਹ ਕੇ ਲੈ ਆਉਣਾ। ਮਹਾਰਾਜ ਜੀ ਏਦਾਂ ਆਪ ਜੀ ਦੇ ਖਾਲਸੇ ਨੇ ਕੀਤਾ। ਜਬੇ ਮਤਾਬੀ ਜਰੇ ਮਸਾਲਾ। ਮਹਾਰਾਜ ਜਿੰਨੇ ਨੂੰ ਮਤਾਬੀਆਂ ਬਲੀਆਂ ਮਸ਼ਾਲਾਂ ਬਣੀਆਂ ਤੇ ਲੋ ਕੀਤੀ ਦੁਸ਼ਮਣਾਂ ਨੇ, ਕਿਤ ਕਿਤ ਪਇਓ ਪ੍ਰਕਾਸ਼ ਵਿਸਾਲਾ। ਪ੍ਰਕਾਸ਼ ਹੋ ਗਿਆ ਸਾਰੇ ਪਾਸੇ ਮਤਾਬੀਆਂ ਤੇ ਮਸ਼ਾਲਾਂ ਦਾ। ਆਏ ਆਪਣੇ ਦੁਰਗ ਸਮਾਏ। ਇੰਨੇ ਨੂੰ ਸਿੰਘ ਹੱਲਾ ਕਰਕੇ ਵਾਪਸ ਕਿਲੇ ਵਿੱਚ ਵੀ ਆ ਗਏ, ਮਹਾਰਾਜ ਲੋਹਗੜ੍ਹ ਵਿੱਚ ਪ੍ਰਵੇਸ਼ ਕਰ ਗਏ। ਕਿਸੇ ਕੋ ਲੱਗੀ ਨ ਤਾਤੀ ਬਾਏ। ਤੁਹਾਡੀ ਕਿਰਪਾ ਬਲ ਨਾਲ ਆਪ ਜੀ ਦੇ ਕਿਸੇ ਸਿੰਘ ਨੂੰ ਤੱਤੀ ਵਾਹ ਵੀ ਨਹੀਂ ਲੱਗੀ।
ਤੱਤੀ ਵਾਰ ਤੱਕ ਨਹੀਂ ਲੱਗੀ ਆਪ ਜੀ ਦੇ ਕਿਸੇ ਸਿੰਘ ਨੂੰ। ਤੁਰਤ ਫਤਿਹ ਕੋ ਦੁੰਦਪ ਬਾਜਾ, ਫੁਰਤ ਹੀ ਨਗਾਰਾ ਵੱਜ ਗਿਆ ਮਹਾਰਾਜ ਜੀ ਜਿੱਤ ਦਾ। ਬਹੁ ਤੁਰਕਨ ਕੋ ਲੂਟ ਸਮਾਜਾ, ਬਹੁਤੇ ਤੁਰਕਾਂ ਦਾ ਸਮਾਜ ਸਿੰਘ ਲੁੱਟ ਲਿਆਏ ਨੇ ਮਹਾਰਾਜ। ਉਹਨਾਂ ਦੇ ਅੰਨ ਦੇ ਭਰੇ ਭੰਡਾਰ ਸਨ, ਕੁਝ ਹੋਰ ਅੰਨ ਵਗੈਰਾ ਇਕੱਠਾ ਕੀਤਾ ਸਿੰਘ, ਉਹ ਵੀ ਚੁੱਕ ਲਿਆਏ ਨੇ। ਆਪ ਸਹਾਇਕ ਹੋਏ ਕਰਵਾਇਓ, ਮਹਾਰਾਜ ਇਹ ਤੁਹਾਡੀ ਸਹਾਇਤਾ ਨਾਲ ਹੋਇਆ, ਤੁਸੀਂ ਆਪ ਆਪਣੇ ਸਿੰਘਾਂ ਦੀ ਮਦਦ ਕਰਕੇ ਸਿੰਘਾਂ ਕੋਲੋਂ ਇਹ ਮੋਰਚਾ ਫਤਿਹ ਕਰਵਾਇਆ। ਮਾਰ ਖਾਲਸਾ ਉਰ ਹਰ ਖਾਇਓ, ਖਾਲਸਾ ਦੁਸ਼ਮਣ ਨੂੰ ਮਾਰ ਕੇ ਖੇੜੇ ਵਿੱਚ ਆਇਆ ਹੈ। ਇਤਨੇ ਮੈਂ ਹੋਈ ਪੁਨ ਸਾਰਾ, ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਹਨੇ ਨੂੰ ਲੋ ਲੱਗ ਗਈ, ਦਿਨ ਚੜ ਗਿਆ। ਸੋਚ ਇਸ਼ਨਾਨ ਗੁਰੂ ਤਨ ਤਾਰਾ, ਪਾਤਸ਼ਾਹ ਨੇ ਸੋਚ ਇਸ਼ਨਾਨ ਕੀਤਾ ਕਲਗੀਧਰ ਜੀ ਨੇ। ਦੋਨੋ ਜਥੇਦਾਰ ਬੁਲਵਾਏ, ਦੋਵੇਂ ਜਥੇਦਾਰ ਮਹਾਰਾਜ ਜੀ ਨੇ ਸੱਦੇ, ਜਥੇਦਾਰ ਸ਼ੇਰ ਸਿੰਘ ਜੀ ਔਰ ਜਥੇਦਾਰ ਨਾਰ ਸਿੰਘ ਜੀ ਨੂੰ ਬੁਲਾਇਆ। ਆਏ ਤਬੇ ਪਦ ਸੀਸ ਨਿਵਾਏ, ਉਹਨੋ ਜਥੇਦਾਰਾਂ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਤੇ ਸੀਸ ਨਵਾਇਆ, ਮੱਥਾ ਟੇਕਿਆ। ਪਏ ਪ੍ਰਸੰਨ ਦੇਖ ਗੋਸਾਈ, ਮਹਾਰਾਜ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋ ਕੇ ਮਹਾਰਾਜ ਜੀ ਵੇਖਦੇ ਇਹਨਾਂ ਵੱਲ ਤੇ ਕਹਿਣ ਲੱਗੇ, ਸਾਧ ਸਾਧ ਸਭ ਹੁਣ ਅਲਾਈ। ਪਾਤਸ਼ਾਹ ਕਹਿੰਦਾ ਸਬਾਸ਼ ਹੈ ਸ਼ੇਰ ਸਿੰਘ ਜੀ, ਸਾਬਾਸ਼ ਹੈ ਤੁਹਾਡੇ ਨਾਰ ਸਿੰਘ ਜੀ। ਇਸ ਬਿਦਈ ਮਾਰਨ ਰਿਪ ਬਨੇ, ਇਸੇ ਤਰ੍ਹਾਂ ਮਾਰਨਾ ਦੁਸ਼ਮਣ ਨੂੰ, ਵੇਖਣਾ ਵੀ ਦਾ ਕਿਵੇਂ ਲੱਗਦਾ, ਨੀਤੀ ਵੀ ਵੇਖਣੀ ਹੈ ਜੰਗ ਦੇ ਮੈਦਾਨ ਚ, ਇਹ ਨੀ ਵੀ ਸਾਹਮਣੇ ਪਹਾੜ ਹੈ ਤੇ ਮੱਥਾ ਮਾਰਨਾ। ਮਹਾਰਾਜ ਜੀ ਕਹਿੰਦੇ ਦਾ ਇਸੇ ਤਰ੍ਹਾਂ ਹੀ ਲਾਣਾ ਹੈ, ਦੁਸ਼ਮਣ ਨੂੰ ਏਦਾਂ ਹੀ ਮਾਰਨਾ ਹੈ। ਬਚੇ ਆਪ ਬਲ ਚਲਤੇ ਹਨ, ਔਰ ਦੁਸ਼ਮਣ ਨੂੰ ਮਾਰ ਕੇ ਆਪਣਾ ਆਪ ਬਚਾਉਣਾ ਵੀ ਹੈ, ਆਪਣਾ ਬਚਾ ਕਰਕੇ ਦੁਸ਼ਮਣ ਨੂੰ ਮਾਰਨਾ ਹੈ। ਦੀਜੇ ਤੁਰਕਨ ਸਦਾ ਸਜਾਏ, ਏਦਾਂ ਇਹਨਾਂ ਤੁਰਕਾਂ ਨੂੰ ਮਲੇਛਾਂ ਨੂੰ ਹਮੇਸ਼ਾ ਸਜ਼ਾ ਦੇਣੀ ਹੈ, ਇਹਨਾਂ ਦੀ ਕਰਨੀ ਦਾ ਫਲ ਦੇਣਾ। ਰਾਜ ਤੇਜ ਇਨ ਦਿਓ ਖਪਾਏ, ਇਹਨਾਂ ਦਾ ਰਾਜ ਇਹਨਾਂ ਦਾ ਤੇਜ ਖਪਾ ਦੇਣਾ ਹੈ, ਮੁਕਾ ਦੇਣਾ ਹੈ। ਸਨੇ ਸਨੇ ਲੈਤਾ ਸਭ ਲੈ, ਸਨੇ ਸਨੇ ਇਹਨਾਂ ਦਾ ਰਾਜ ਭਾਗ ਸਭ ਲੈ ਹੋ ਜਾਣਾ। ਨਹੀਂ ਨਗਾਰ ਬੰਦ ਕੋ ਰਹੇ, ਦੁਸ਼ਮਣਾਂ ਦਾ ਕੋਈ ਨਗਾਰਚੀ ਨਹੀਂ ਰਹੇਗਾ, ਕੋਈ ਨਗਾਰ ਬੰਦ ਨਹੀਂ ਰਹੇਗਾ। ਗਿਰਪਤ ਬਣੇ ਤਬੇ ਅਧੀਨ, ਇਹ ਵੱਡੇ ਵੱਡੇ ਪਹਾੜੀ ਰਾਜੇ ਜਿਹੜੇ ਆਏ ਨੇ ਖਾਲਸਾ ਜੀ, ਇਹ ਵੀ ਤੁਹਾਡੇ ਅਧੀਨ ਹੋਣਗੇ। ਰਹੇ ਖਾਲਸੇ ਆਗੇ ਦੀਨ, ਹੱਥ ਜੋੜ ਕੇ ਜਿਵੇਂ ਅੱਜ ਤੁਰਕਾਂ ਦੇ ਅੱਗੇ ਨੇ ਨਾ ਦੀਨ, ਏਦਾਂ ਖਾਲਸੇ ਅੱਗੇ ਦੀਨ ਹੋ ਕੇ ਘਗਿਆਣਗੇ, ਬੇਨਤੀਆਂ ਕਰਨਗੇ ਖਾਲਸੇ ਦੀ ਸ਼ਰਣ ਚ ਪੈ ਕੇ। ਇਮ ਕਹਿ ਕਰ ਵਰ ਸਤਗੁਰ ਪੂਰੇ, ਪਾਤਸ਼ਾਹ ਨੇ ਵਰ ਦਿੱਤੇ ਨੇ ਖਾਲਸੇ ਨੂੰ, ਇਹ ਵਰ ਬਖਸ਼ੇ ਨੇ ਮੇਰੇ ਮਹਾਰਾਜ ਸਵਾਮੀ ਕਲਗੀਧਰ ਜੀ ਨੇ। ਸਿਰੋ ਪਾਏ ਮੰਗਵਾਏ ਸਰੂਰੇ, ਸਿਰੇ ਪਾਓ ਲਿਆਓ ਬਈ, ਜਥੇਦਾਰ ਨਾਰ ਸਿੰਘ ਤੇ ਸ਼ੇਰ ਸਿੰਘ ਜੀ ਬਹਾਦਰੀ ਕਰਕੇ ਆਏ ਨੇ, ਗੁਰਦੇਵ ਜੀ ਨੇ ਸਿਰੇ ਪਾਓ ਮੰਗਵਾਏ। ਬਖਸ਼ੇ ਜਥੇਦਾਰ ਜੇ ਦੋਏ, ਦੋਵੇਂ ਜਥੇਦਾਰਾਂ ਨੂੰ, ਜਥੇਦਾਰ ਸ਼ੇਰ ਸਿੰਘ ਤੇ ਜਥੇਦਾਰ ਨਾਰ ਸਿੰਘ ਜੀ ਨੂੰ ਮਹਾਰਾਜ ਜੀ ਨੇ ਸਿਰੇ ਪਾਓ ਬਖਸ਼ ਕੇ ਇਹਨਾਂ ਦੇ ਪੜਦੇ ਕੱਜ ਲਏ, ਲੋਕ ਪ੍ਰਲੋਕ ਦੇ ਪੜਦੇ ਕੱਜ ਦਿੱਤੇ ਮੇਰੇ ਸਵਾਮੀ ਜੀ ਨੇ। ਸਭ ਸਿੰਘਨ ਕੋ ਹੁਕਮ ਬਖਾਨਾ, ਸਾਰਿਆਂ ਸਿੰਘਾਂ ਨੂੰ ਹੁਕਮ ਕੀਤਾ ਮਹਾਰਾਜ ਕਲਗੀਧਰ ਜੀ ਨੇ। ਪੁਰੋ ਕਾਮਨਾ ਮਨ ਕੀ ਠਾਨਾ, ਮਹਾਰਾਜ ਜੀ ਕਹਿੰਦੇ ਆਪਣੇ ਮਨ ਦੀਆਂ ਨਾਨਾ ਪ੍ਰਕਾਰ ਦੀਆਂ ਕਾਮਨਾਵਾਂ ਪੂਰੀਆਂ ਕਰੋ। ਸਭ ਪਰ ਖੁਸ਼ੀ ਕਰੀ ਅਰ ਖਾਏ, ਸਾਰਿਆਂ ਤੇ ਮਹਾਰਾਜ ਜੀ ਨੇ ਖੁਸ਼ੀਆਂ ਕੀਤੀਆਂ, ਸਭ ਤੇ ਮਹਾਰਾਜ ਜੀ ਪ੍ਰਸੰਨ ਹੋਏ। ਗਏ ਆਪ ਗੜ ਦੇਖਣ ਥਾਏ, ਫਿਰ ਸਤਿਗੁਰੂ ਜੀ ਆਪ ਦੋਵੇਂ ਸਿੰਘਾਂ ਨਾਲ, ਪਾਤਸ਼ਾਹ ਜਥੇਦਾਰਾਂ ਨੂੰ ਨਾਲ ਲੈ ਕੇ ਆਪ ਲੋਹਗੜ੍ਹ ਕਿਲ੍ਹਾ ਵੇਖਣ ਗਏ।
ਬਾਹਰ ਦੁਸ਼ਮਣਾਂ ਦੇ ਮੋਰਚੇ ਵੀ ਕਿਵੇਂ ਮਾਰੇ ਨੇ, ਕਿਵੇਂ ਨੇੜੇ ਢੁਕੇ ਸੀ, ਪੂਰਾ ਮਹਾਰਾਜ ਜੀ ਨਿਗਰਾਨੀ ਕਰਕੇ ਵੇਖਣ ਲਈ ਖੁਦ ਕਲਗੀਧਰ ਜੀ ਆਪ ਗਏ ਕਿਲ੍ਹਾ ਲੋਹਗੜ ਸਾਹਿਬ ਵੱਲ। ਸਰਬ ਪ੍ਰਕਾਰ ਕਰੀ ਤਕਰਾਈ, ਔਰ ਉੱਥੇ ਜਾ ਕੇ ਸਰਬ ਪ੍ਰਕਾਰ ਦੀ ਤਕੜਾਈ ਕੀਤੀ, ਕਿਉਂਕਿ ਹੁਣ ਦੁਸ਼ਮਣ ਵੀ ਖਿੱਚ ਕੇ ਹਮਲਾ ਕਰ ਸਕਦਾ ਸੀ। ਇਸ ਕਰਕੇ ਲੋਹਗੜ ਸਾਹਿਬ ਦੀ ਹੁਣ ਤਕੜਾਈ ਕਲਗੀਧਰ ਜੀ ਨੇ ਕਰਵਾਈ। ਗੁਲਕਾਂ ਅਰ ਬਰੂਦ ਸਮੁਦਾਈ, ਗੋਲੀਆਂ ਬਰੂਦ ਆਦਿਕ ਜੋ ਕੁਝ ਚਾਹੀਦਾ ਸੀ ਉਹ ਖਾਲਸੇ ਨੂੰ ਬਖਸ਼ਿਆ ਲੋਹਗੜ ਕਿਲੇ ਵਿੱਚ। ਬੌਰ ਸਭਾ ਮੇਂ ਆਨ ਬਿਰਾਜੇ, ਤਾਂ ਲੋਹਗੜ ਕਿਲੇ ਦੀ ਪੂਰੀ ਤਕੜਾਈ ਕਰਕੇ ਮਹਾਰਾਜ ਵਾਪਸ ਆਪਣੇ ਆਸਣ ਤੇ ਆ ਗਏ। ਜਿਨ ਦੇਖਤ ਅਗ ਜੈ ਹੈ ਭਾਜੇ, ਕਲਗੀਧਰ ਸਵਾਮੀ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਸ ਜਾਂਦੇ ਹਨ, ਜਿਨ੍ਹਾਂ ਦੇ ਦੀਦਾਰ ਕੀਤਿਆਂ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਦਰਸ਼ਨ ਪਰਸਿਆ ਗੁਰੂ ਕੇ ਕਹਿ ਜਨਮ ਮਰਨ ਦੁਖ ਜਾਏ, ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਕਰਮ ਨਸ਼ਟ ਭ੍ਰਸ਼ਟ ਹੋ ਜਾਂਦੇ। ਐਸੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਆਪਣੇ ਆਸਣ ਤੇ ਆਏ ਹਨ। ਸੁੰਦਰ ਸੂਰਤ ਮੋਇਤ ਮਨ ਕੋ, ਸਾਬਤ ਸਿੱਖ ਰਏ ਧਨ ਤਿਨ ਕੋ। ਸਤਿਗੁਰੂ ਜੀ ਦੀ ਸੋਹਣੀ ਸੁੰਦਰ ਸੂਰਤ ਜੋ ਗੁਰਸਿੱਖਾਂ ਦੇ ਮਨਾਂ ਨੂੰ ਮੋਹਦੀ ਹੈ। ਅਤ ਸੁੰਦਰ ਮਨ ਮੋਹੇ ਨਾ ਘਟ ਸੋਹੇ ਨਾ, ਅਤ ਸੁੰਦਰ ਮਨ ਮੋਹੇ ਨਾ ਘਟ ਸੋਹੇ ਨਾ। ਮਹਾਰਾਜ ਅਤਿ ਸੁੰਦਰ ਹਨ, ਸਿੱਖਾਂ ਦੇ ਮਨਾਂ ਨੂੰ ਮੋਹ ਲੈਂਦੇ ਹਨ ਕਿ ਨਿਰਜੁਰ ਨਰੂਪ ਹੋ ਕੇ, ਸੁੰਦਰ ਸਰੂਪ ਹੋ ਕੇ, ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ। ਸੋਹਣੇ ਰੂਪ ਵਾਲੇ ਕਲਗੀਧਰ ਜੀ ਜੋ ਸਿੱਖਾਂ ਦੇ ਮਨਾਂ ਨੂੰ ਮੋਹਦੇ ਹਨ। ਸਾਬਤ ਸਿੱਖ ਰਹੇ ਧਨ ਤਿੰਨ ਕੋ, ਕਹਿੰਦੇ ਜਿਹੜੇ ਸਿੱਖ ਗੁਰੂ ਕੀ ਸਿੱਖੀ ਵਿੱਚ ਸਾਬਤ ਰਹੇ ਨੇ ਉਹ ਸਿੱਖ ਧਨ ਹਨ। ਧਨ ਹਨ ਉਹ ਗੁਰੂ ਕੇ ਲਾਲ, ਧਨ ਹਨ ਉਹ ਗੁਰੂ ਕੇ ਸਿੱਖ, ਭਾਈ ਨਾਰ ਸਿੰਘ ਵਰਗੇ, ਭਾਈ ਸ਼ੇਰ ਸਿੰਘ ਵਰਗੇ, ਜਿਹੜੇ ਸਤਿਗੁਰਾਂ ਦੀ ਸਿੱਖੀ 'ਚ ਸਾਬਤ ਰਹੇ ਨੇ। ਐਸੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲਾਲ ਰਣ ਭੂਮੀ 'ਚ ਜਿਵੇਂ ਜੂਝ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਅਤੇ ਸਮਰੱਥ ਪ੍ਰਦਾਨ ਕਰਨ। ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੌਰਾਨ ਜਿਹੜੇ ਜਿਹੜੇ ਕਿਸਾਨ ਵੀਰ ਗੁਰਮੁਖ ਹੁਕਮ ਸੱਤ ਹੋਏ ਹਨ, ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦੇ ਨਿਮਿੱਤ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੀ ਸਮਾਪਤੀ ਕੱਲ੍ਹ ਸਵੇਰੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ 10 ਵਜੇ ਹੋਵੇਗੀ। ਉਪਰੰਤ 10 ਵਜੇ ਤੋਂ ਦੀਵਾਨ ਸਜਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਉਹਨਾਂ ਸਮੂਹ ਗੁਰਮੁਖਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੋ ਔਰ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਓ। ਦੂਸਰੀ ਬੇਨਤੀ ਹੈ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਵੱਲੋਂ ਕਿ ਬਾਹਰ ਦੀਵਾਨ ਹਾਲ ਦੇ ਵਿੱਚ ਪੇਂਟ ਦੀ ਸੇਵਾ ਚੱਲ ਰਹੀ ਹੈ, ਚਿੱਟੇ ਪੇਂਟ ਦੀ ਲੋੜ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਚਿੱਟੇ ਪੇਂਟ ਦੇ ਡੱਬੇ ਜਿਹੜੇ ਨੇ ਉਹ ਕਾਰ ਸੇਵਾ ਦੇ ਵਿੱਚ ਦਫ਼ਤਰ ਦੇ ਵਿੱਚ ਪਹੁੰਚਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼,
ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਿਰੰਕਾਰ ਦੀ ਬੰਦਗੀ ਕਰਦਿਆਂ ਬਤੀਤ ਕੀਤਾ, ਉਹਨਾਂ ਦੇ ਸੇਵਾਦਾਰਾਂ ਵੱਲੋਂ ਬੇਨਤੀ ਹੈ ਕਿ ਗੁਰਦੁਆਰਾ ਬਿਪੌਰ ਸਾਹਿਬ ਵਿਖੇ ਜਿੱਥੇ ਉਹਨਾਂ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ ਔਰ ਗੁਰਦੁਆਰਾ ਬਿਪੌਰ ਸਾਹਿਬ ਜਿੱਥੇ ਕਲਗੀਧਰ ਜੀ ਨੇ ਬਾਣੀ ਰਚੀ ਹੈ, ਚੌਪਈ ਸਾਹਿਬ ਦੀ ਬਾਣੀ ਰਚੀ ਹੈ, ਉੱਥੇ ਲਈ ਇੱਕ ਬੱਸ ਸੰਗਤ ਨੂੰ ਲੈ ਕੇ ਜਾਵੇਗੀ। ਕੱਲ੍ਹ ਸਵੇਰੇ 7:30 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਬੱਸ ਚੱਲੇਗੀ। ਜਿਹੜੇ ਮਾਈ ਭਾਈ ਬਿਪੌਰ ਸਾਹਿਬ ਦੀ ਯਾਤਰਾ ਕਰਨਾ ਚਾਹੁੰਦੇ ਹਨ ਕਲਗੀਧਰ ਜੀ ਦੇ ਸਥਾਨ ਦੀ, ਉਹ ਕੱਲ੍ਹ ਸਵੇਰੇ 7:30 ਵਜੇ ਜਾ ਸਕਦੇ ਨੇ ਔਰ ਸ਼ਾਮ ਨੂੰ ਬੱਸ ਤਕਰੀਬਨ 4:30-4 ਵਜੇ ਵਾਪਸ ਵੀ ਲੈ ਕੇ ਆਵੇਗੀ। ਉਹਨਾਂ ਪ੍ਰੇਮੀਆਂ ਵੱਲੋਂ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੇ ਸਰਬਮੈ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਪਰਮ ਪਰ ਹਰ ਹਰੇ ਹੈ ਪੀਓ ਅਣਿਆਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧਿ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।